द वे फॉरवर्ड थोड़ा बहुत बहुत स्वागत है। मैं थोड़ा होस्ट हरजोत सिंह। इस साल असी सिखां दे नौवें गुरु गुरु तेग बहादुर साहिब जी का 400 साल प्रकाश उत्सव मना रहे हैं। असी गुरु साहिब जी की जिहड़ी उपलब्धियां उन्हां बारे गल करते हैं, पर जिनी साडे ज्ञान विच जिनी साडी पब्लिक नॉलेज विच जिन गल्लां दी असी गल करते हैं उस तो बहुत ज़्यादा वड्डी उन्हां दी लाइफ दी अचीवमेंट्स उन्हां दा फलसफा उन्हां दी अकम्पलिशमेंट्स हैगियां। अज उन बारे असी गल करांगे साडे जाने माने सिख विद्वान रविंदर सिंह जी नाल। रविंदर जी तुहाडा बहुत बहुत स्वागत है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਵਿੰਦਰ ਜੀ, ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਜੋ ਜ਼ਿਆਦਾਤਰ ਗੱਲਾਂ ਅਸੀਂ ਕਰਦੇ ਹਾਂ ਉਹ ਇੱਕ ਉਹਨਾਂ ਦੀ ਸ਼ਹਾਦਤ ਤੋਂ ਲੈ ਕੇ ਔਰ ਇੱਕ ਬਾਬਾ ਮੱਖਣ ਸ਼ਾਹ ਲਬਾਣਾ ਦੇ ਨਾਲ ਜੁੜਿਆ ਹੋਇਆ ਜੋ ਉਹਨਾਂ ਦਾ ਇੱਕ ਇੰਸੀਡੈਂਟ ਹੈ, ਬਟ ਇਸ ਤੋਂ ਬਹੁਤ ਜ਼ਿਆਦਾ ਵੱਡੀ ਉਹਨਾਂ ਦੀ ਸ਼ਖਸੀਅਤ, ਹੀ ਵਾਜ਼ ਅ ਵਾਰੀਅਰ, ਹੀ ਵਾਜ਼ ਅ ਪੋਇਟ, ਹੀ ਵਾਜ਼ ਅ ਸਟੇਟਸਮੈਨ, ਹੀ ਵਾਜ਼ ਅ ਟਰੈਵਲਰ। ਅੱਜ ਅਸੀਂ ਉਸਦੇ ਬਾਰੇ ਤੁਹਾਡੇ ਤੋਂ ਜ਼ਿਆਦਾ ਜਾਣਨਾ ਚਾਹਾਂਗੇ। ਤੁਸੀਂ ਸਾਨੂੰ ਪਲੀਜ਼ ਟੂ ਬਿਗਿਨ ਵਿਦ ਉਹਨਾਂ ਇੱਕ ਛੋਟਾ ਜਿਹਾ ਓਵਰਵਿਊ ਉਹਨਾਂ ਦੇ ਲਾਈਫ ਬਾਰੇ ਦੱਸੋ, ਐਂਡ ਦੈਨ ਵਿਲ ਗੋ ਐਂਡ ਟਾਕ ਮੋਰ ਅਬਾਊਟ ਹਿਸ ਲਾਈਫ। ਜੀ, ਥੈਂਕ ਯੂ ਫਾਰ ਹੈਵਿੰਗ ਮੀ। ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਬਾਰੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਡੀ ਬਹੁਤ ਜਿਹੜੀ ਹੈ ਨਾ ਧਿਆਨ ਉਹਨਾਂ ਦੇ, ਜਾਂ ਜੋ ਚਰਚਾ ਹੁੰਦੀ ਆ ਉਹਨਾਂ ਦੀ, ਜਾਂ ਉਹਨਾਂ ਬਾਰੇ ਗੱਲਬਾਤ ਹੁੰਦੀ ਹੈ, ਕੌਮ ਦੇ ਵਿੱਚ ਗੁਫ਼ਤਗੂ ਹੁੰਦੀ ਹੈ, ਅਤੇ ਉਹ ਸੈਂਟਰਡ ਰਹਿੰਦੀ ਆ ਉਹਨਾਂ ਦੇ ਸ਼ਹਾਦਤ 'ਤੇ, ਉਹਨਾਂ ਦੇ ਮਾਰਟਿਰਡਮ 'ਤੇ। ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਵੈਰੀ ਕਰੈਕਟਲੀ ਕਿ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਸ਼ਹਾਦਤ ਦੇਣ ਵਾਲਾ ਹੈ ਜੋ, ਇਹ ਤਾਂ ਹੀ ਸ਼ਹਾਦਤ ਦੇ ਸਕਿਆ ਕਿਉਂਕਿ ਉਹ ਦਰਅਸਲ ਇੱਕ ਗੁਰੂ ਸੀ ਔਰ ਉਸਦੇ ਅੰਦਰ ਗੁਰਮਤ ਰਚੀ ਹੋਈ ਸੀ। ਜੀ, ਉਹਨਾਂ ਦੀ ਬਾਣੀ ਤੋਂ ਇਹ ਤੁਹਾਨੂੰ ਸਪਸ਼ਟ ਦਿਸੇਗਾ। ਕੋਈ ਹਾਇਮਾ ਹੀ ਇਸ ਤਰ੍ਹਾਂ ਦੀ ਸ਼ਹਾਦਤ ਦੇਣ ਜੋਗਾ ਨਹੀਂ ਹੁੰਦਾ। ਸਾਡਾ ਉੱਧਰ ਧਿਆਨ ਘੱਟ ਹੈ, ਉਹ ਸਿਰਫ ਉਸ ਇਵੈਂਟ 'ਤੇ ਜ਼ਿਆਦਾ ਹੈ, ਔਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜੀ ਉਹ ਹਿਊਮਨ ਰਾਈਟਸ ਦੇ ਚੈਂਪੀਅਨ ਹਨ ਵਗੈਰਾ ਵਗੈਰਾ, ਜੋ ਠੀਕ ਹੈ ਗੱਲ, ਪਰ ਉਸਦੇ ਆਲੇ ਦੁਆਲੇ ਇਤਿਹਾਸਿਕ ਮੋੜ, ਹਿੰਦੁਸਤਾਨ ਦੀ ਉਸ ਵੇਲੇ ਸਿਆਸੀ ਜੋ ਸਥਿਤੀ ਹੈ ਜੀ, ਔਰ ਇਹਨਾਂ ਦਾ ਜੋ ਟਕਰਾਅ ਰਿਹਾ ਹੈ, ਅਸੀਂ ਸਾਨੂੰ ਥੋੜ੍ਹਾ ਪਰਸਪੈਕਟਿਵ ਵਿੱਚ ਦੇਖਣਾ ਚਾਹੀਦਾ, ਔਰ ਮੈਂ ਚਾਹੁੰਦਾ ਕਿ ਅੱਜ ਅਸੀਂ ਉਸ ਪਰਸਪੈਕਟਿਵ ਵੱਲੋਂ ਵਜੋਂ ਦੇਖੀਏ ਗੁਰੂ ਤੇਗ ਬਹਾਦਰ ਨੂੰ ਕਿ ਇਹ ਇਸ ਕਿਸ ਲੜੀ ਦੇ ਵਿੱਚ ਇਹ ਇੱਕ ਕੜੀ ਨੇ। ਯੂ ਨੋ, ਹੀ ਇਜ਼ ਪਾਰਟ ਆਫ ਅ ਲੌਂਗ ਟ੍ਰੈਡੀਸ਼ਨ ਜੀ, ਜਿਹੜੀ ਕਿ ਤੋ ਉਹ ਦੇਖੀਏ, ਅਸੀਂ ਦੇਖੀਏ ਕਿ ਉਹਨਾਂ ਨੇ, ਹੀ ਇਜ਼ ਪ੍ਰੋਬੇਬਲੀ ਗੁਰੂਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਮੁਸ਼ਕਲਾਂ ਅਗਰ ਕਿਸੇ ਨੇ ਸਹਾਰੀਆਂ ਨੇ, ਤੇ ਮੇਰੇ ਆਪਣੇ ਖਿਆਲ ਵਿੱਚ ਉਹ ਗੁਰੂ ਤੇਗ ਬਹਾਦਰ ਹਨ। ਨਾਟ ਓਨਲੀ ਔਰੰਗਜ਼ੇਬ ਦੇ ਨਾਲ ਜੋ ਉਹਨਾਂ ਨੇ ਮੁਸ਼ਕਲਾਂ ਸਹਾਰੀਆਂ ਜਾਂ ਟਕਰਾਅ ਹੋਏ, ਲੇਕਿਨ ਉਹਨਾਂ ਦੇ ਆਪਣੇ ਪਰਿਵਾਰ ਹੀ ਜੋ, ਮਤਲਬ ਇਹ ਮੁਸ਼ਕਲਾਂ ਉਹਨਾਂ ਨੂੰ ਪੇਸ਼ ਆਈਆਂ, ਉਹਦੇ ਬਾਬਤ ਅਸੀਂ ਇੰਨੀ ਕੋਈ ਬਹੁਤੀ ਗੱਲ ਨਹੀਂ ਕਰਦੇ। ਉਹਨਾਂ 'ਤੇ ਹਮਲੇ ਵੀ ਹੋਏ ਨੇ ਜੀ, ਸੀ ਸੋ ਬਹੁਤ ਲੰਬਾ ਇੱਕ ਸਿਲਸਿਲਾ ਹੈ, ਅਤੇ ਆਈ ਹੋਪ ਵੀ ਕੈਨ ਐਕਚੁਲੀ ਗੈਟ ਇਨ ਟੂ ਇਟ। ਬਿਲਕੁਲ ਬਿਲਕੁਲ ਰਵਿੰਦਰ ਜੀ, ਸਾਨੂੰ ਉਹਨਾਂ ਦਾ ਜਨਮ 1621 ਵਿੱਚ ਹੁੰਦਾ ਹੈ। ਸਾਨੂੰ ਉਹਨਾਂ ਦੇ ਜਨਮ ਦੇ ਨਾਲ ਔਰ ਜਿਹੜੇ ਇਨੀਸ਼ੀਅਲ ਈਅਰਸ ਹਨ ਉਹਨਾਂ ਦੇ ਬਾਰੇ ਬਰੀਫਲੀ ਕੁਝ ਦੱਸੋਗੇ ਥੋੜ੍ਹਾ ਜਿਹਾ? ਹਾਂ, ਦੇਖੋ ਉਹਨਾਂ ਦੀ ਨਾ ਬਾਇਓਗ੍ਰਾਫਿਕਲ ਡਿਟੇਲਸ ਨੂੰ ਰਿਗਰਜਿਟੇਟ ਕਰਨਾ ਆਈ ਡੋਂਟ ਥਿੰਕ ਸਾਡਾ ਮੁੱਦਾ ਹੋਣਾ ਚਾਹੀਦਾ, ਪਰ ਬਰੋਡਲੀ ਸਪੀਕਿੰਗ 1621 ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਜਨਮ ਉਹਨਾਂ ਦਾ ਹੁੰਦਾ ਹੈ ਗੁਰੂ ਕੇ ਮਹਿਲ ਅੰਮ੍ਰਿਤਸਰ ਦੇ ਵਿੱਚ, ਯੰਗਸਟ ਸਨ ਆਫ ਗੁਰੂ ਹਰਗੋਬਿੰਦ, ਇਹ ਸਾਨੂੰ ਪਤਾ ਹੈ। ਇਹਨਾਂ ਦਾ ਜਨਮ ਨਾਂ ਜੋ ਹੈ ਤਿਆਗਮੱਲ ਸੀ, ਲੇਕਿਨ ਕਰਤਾਰਪੁਰ ਦੇ ਯੁੱਧ ਵਿੱਚ ਜਦੋਂ ਇਹਨਾਂ ਨੇ ਆਪਣੀ ਸ਼ੌਰਵੀਰਤਾ ਦਿਖਾਈ ਤੇ ਇਹਨਾਂ ਨੂੰ ਖਿਤਾਬ ਮਿਲਿਆ ਤੇਗ ਬਹਾਦਰ ਦਾ ਜੀ, ਇਹਨੂੰ ਤੋਂ ਸੋ। ਔਰ ਫਿਰ ਵੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰਗੱਦੀ ਜਿਹੜੀ ਹੈ ਉਹਨਾਂ ਦੇ ਵੱਡੇ ਬੇਟੇ ਦੇ ਜੋ ਬੇਟੇ ਸਨ ਗੁਰੂ ਹਰ ਰਾਏ ਜੀ, ਉਹਨਾਂ ਵੱਲ ਚਲੀ ਗਈ। ਹੁਣ ਦੇਖੋ ਅਸੀਂ ਹਿਸਟੋਰੀਕਲੀ ਗੱਲ ਕਰ ਰਹੇ ਹਾਂ, ਇੰਟਰਸਟਿੰਗ ਥਿੰਗ ਇਹ ਨੋਟ ਕਰਨ ਵਾਲੀ ਹੈ ਕਿ ਪਹਿਲੀ ਤਿੰਨ ਪਾਤਸ਼ਾਹੀਆਂ ਦੇ ਵਿੱਚ
ਜਿਹੜੀ ਗੁਰਗੱਦੀ ਸੀ ਡਿਡ ਨਾਟ ਗੋ ਟੂ ਫੈਮਿਲੀ ਮੈਂਬਰਸ ਜੀ। ਹੁਣ ਇਹ ਉੱਥੋਂ ਦੇ ਜਿਹੜੇ ਸਾਡੇ ਹੈਨ ਲੋਕਲ ਜਿਹੜੀਆਂ ਟ੍ਰੈਡੀਸ਼ਨਸ ਕਲਚਰ ਕਿ ਵੀ ਵੱਡੇ ਪੁੱਤਰ ਨੂੰ ਜਾਂਦੀ ਹੈ ਇਨਹੈਰੀਟੈਂਸ, ਇਹ ਤੁਸੀਂ ਦੇਖ ਰਹੇ ਹੋ ਕਿ ਇੱਥੇ ਸ਼ੁਰੂਆਤ ਹੋ ਰਹੀ ਹੈ ਉਸ ਚੀਜ਼ ਦੀ। ਸੋ ਗੁਰੂ ਹਰਗੋਬਿੰਦ ਇਜ਼ ਲੁਕਿੰਗ ਇਨ ਮਾਈ ਓਪੀਨੀਅਨ ਉਹਨਾਂ ਦੀ ਜਿਹੜੀ ਵੱਡੇ ਪੁੱਤਰ ਦੀ ਲੀਨੀਏਜ ਹੈਗੀ ਹੈ। ਬਾਬਾ ਗੁਰਦਿੱਤਾ ਇਜ਼ ਡੈਡ, ਇਸ ਕਰਕੇ ਗੁਰੂ ਹਰ ਰਾਏ ਨੂੰ, ਇਹ ਮੇਰਾ ਆਪਣਾ ਸਪੈਕੂਲੇਸ਼ਨ ਹੈ, ਜੋ ਵੀ ਰੀਜ਼ਨਸ ਹੋ ਸਕਦੇ ਨੇ, ਰੀਜ਼ਨਸ ਕਈ ਇਹ ਵੀ ਦਿੱਤੇ ਜਾਂਦੇ ਨੇ ਕਿ ਗੁਰੂ ਹਰਗੋਬਿੰਦ ਮੋਰ ਔਰ ਲੈਸ ਕੁਡ ਐਂਟੀਸਪੇਟ ਕਿ ਸਮਾਂ ਕੈਸਾ ਆਉਣ ਵਾਲਾ ਹੈ। ਕਿਉਂਕਿ ਤੁਹਾਨੂੰ ਯਾਦ ਰੱਖਣਾ ਚਾਹੀਦਾ ਕਿ ਗੁਰੂ ਹਰਗੋਬਿੰਦ ਸਾਹਿਬ ਹੈਡ ਐਕਚੁਅਲੀ ਰਿਟਰੀਟਡ ਫਰੋਮ ਅੰਮ੍ਰਿਤਸਰ ਬਿਕੋਜ਼ ਆਫ ਫੈਮਿਲੀ ਪ੍ਰੋਬਲਮਸ ਐਂਡ ਬਿਕੋਜ਼ ਜਿਹੜੀ ਮੁਗਲ ਸਲਤਨਤ ਜਿਹੜੀ ਸੀ, ਮੁਗਲਸ ਵਰ ਕੀਪਿੰਗ ਅ ਵੈਰੀ ਕਲੋਜ਼ ਆਈ ਔਨ ਹਿਸ ਐਕਟੀਵਿਟੀਜ਼ ਜੀ। ਸੋ ਇਟ ਵਾਸ ਲਾਈਕ ਅ ਸਟ੍ਰੈਟੇਜਿਕ ਰਿਟਰੀਟ। ਸੋ ਹੋ ਸਕਦਾ ਹੈ ਕਿ ਉਹਨਾਂ ਨੇ ਦੂਰਦ੍ਰਿਸ਼ਟੀ ਸਨ, ਉਹਨਾਂ ਨੇ ਵੇਖਿਆ ਹੋਵੇ ਕਿ ਹੁਣ ਜਿਹੜੀ ਸਿਚੁਏਸ਼ਨ ਹੈ ਸਿੱਖ ਪੰਥ ਦੀ, ਬਿਕੋਜ਼ ਹਿਸ ਫਾਦਰ ਯੂ ਨੋ ਹੈਡ ਬੀਨ ਐਗਜ਼ੀਕਿਊਟਿਡ ਰਾਈਟ, ਗੁਰੂ ਹਰਗੋਬਿੰਦ ਦੇ ਫਾਦਰ ਹੈਡ ਆਲਰੇਡੀ ਗੋਨ ਥਰੂ ਦਿਸ ਜੀ। Whatever the reasons, Guru Har Rai de aan to baad Guru Tegh Bahadur Baba Bakala aa gaye jithe unna de nanka si jehda ji, and he spent a good 20 years there according to whatever history there is and what I understand it to be. Hun bahut sare loki kehnde ne ji ke 20 saal inna ne utthe bhore de vich bhakti kiti hai, par agar tusi inna di bani nu jinnu assi vicharange dekhoge te I think a man of action like him couldn't possibly have been sitting around for 20 years ji ji, and 20 saal baithna guru nanak de falsafe de vi according nahi lagda ji. Ravinder ji, assi eh gal continue rakhange ik choti ji break de baad, tusi vekhde reho the way forward। द वे फॉरवर्ड ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਰਵਿੰਦਰ ਜੀ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਸੀਂ ਇਹ ਗੱਲ ਸ਼ੁਰੂ ਕੀਤੀ ਸੀ ਕਿ ਕਿਵੇਂ ਉਹ 20 ਸਾਲ ਦਾ ਜਿਹੜਾ ਇਹ ਨੈਰੇਟਿਵ ਹੈ ਕਿ ਉਹ 20 ਸਾਲ ਇੱਕ ਕਮਰੇ 'ਚ ਬੈਠ ਕੇ ਭਗਤੀ ਕਰਦੇ ਰਹੇ ਨੇ, ਇਹ ਉਹਨਾਂ ਦੇ ਆਪਣੇ ਨੇਚਰ ਔਰ ਗੁਰੂ ਨਾਨਕ ਦਾ ਫਲਸਫਾ ਜਿਹੜਾ ਕਿਰਤ ਕਰਨ ਦਾ ਫਲਸਫਾ ਹੈ ਉਸਦੇ ਉਲਟ ਲੱਗਦਾ ਹੈ, ਕੀ ਤੁਸੀਂ ਇਹਦੇ 'ਚ ਕਹਿਣਾ ਚਾਹ ਰਹੇ ਸੀਗੇ ਜੀ? ਸੋ ਸਾਡੇ ਕੋਲ ਐਵੀਡੈਂਸ ਹੈ ਕਿ ਡਿਸਪਾਈਟ ਦ ਫੈਕਟ ਕਿ ਉਹ ਬਾਈਪਾਸ ਹੋਏ ਸਨ ਫੋਰ ਦੀ ਗੁਰੂ ਗੱਦੀ ਫੋਰ ਵਟ ਐਵਰ ਰੀਜ਼ਨਸ, ਅੱਜ ਦੇ ਦੌਰ ਵਿੱਚ ਆਈ ਥਿੰਕ ਐਸ ਵੀ ਗੋ ਅਲੋਂਗ ਸਾਨੂੰ ਥੋੜ੍ਹੇ ਬਹੁਤ ਲੈਸਨਸ ਵੀ ਲੈ ਲੈਣੇ ਚਾਹੀਦੇ ਨੇ ਕਿ ਜਦੋਂ ਅਸੀਂ ਛੋਟੀ ਜਿਹੀ ਗੱਲ ਪਿੱਛੇ ਵੀ ਬਾਈਪਾਸ ਹੋ ਜਾਈਏ, ਛੋਟੀ ਮਾੜੀ ਮੋਟੀ ਪ੍ਰਮੋਸ਼ਨ ਪਿੱਛੇ, ਤਾਂ ਸਾਨੂੰ ਕਿੰਨੀ ਮੁਸ਼ਕਲ ਹੁੰਦੀ ਹੈ। ਲੇਕਿਨ ਗੁਰੂ ਤੇਗ ਬਹਾਦਰ ਕੰਟੀਨਿਊ ਟੂ ਵਰਕ ਵਿਦ ਗੁਰੂ ਹਰ ਰਾਏ, ਉਸ ਆਰਗੇਨਾਈਜੇਸ਼ਨ ਦੇ ਨਾਲ ਉਹ ਕੰਮ ਕਰਦੇ ਰਹੇ ਹਨ। ਸੋ ਸਾਨੂੰ ਪਤਾ ਕਿ ਉਹ ਕਿਸੇ ਭੋਲੇ 'ਚ ਨਹੀਂ ਸਨ ਬੈਠੇ ਹੋਏ ਜੀ, ਬਟ ਜ਼ਿੰਦਗੀ ਦੇ ਦੌਰ ਦੇ ਅੰਦਰ ਕੁਛ ਸਮਾਂ ਐਕਸ਼ਨ ਦਾ ਆਉਂਦਾ ਹੈ ਔਰ ਕੁਛ ਸਮਾਂ ਸਟ੍ਰੈਟੇਜਿਕ ਰਿਟਰੀਟ ਦਾ ਵੀ ਆਉਂਦਾ ਹੈ। ਐਸ ਆਈ ਸੈਡ ਅਰਲੀਅਰ, ਸਿੱਖ ਗੁਰੂਜ਼ ਜਿਹੜੇ ਸਨ ਫਰੋਮ ਗੁਰੂ ਹਰਗੋਬਿੰਦ ਔਨ ਵਰ ਇਨ ਅ ਮੋਡ ਆਫ ਕਾਇੰਡ ਆਫ ਰਿਟਰੀਟ ਨਹੀਂ ਮੈਂ ਕਹਾਂਗਾ, ਪਰ ਦੇ ਵਰ ਲਿਵਿੰਗ ਇਨ ਦਾ ਹਿਲਸ, ਤਾਂ ਕਿ ਨਜ਼ਰਾਂ 'ਚ ਨਾ ਆਉਣ ਉਹ ਬਹੁਤਾ, ਉੱਥੇ ਤੱਕ ਉਹਨਾਂ ਦੀ ਪਹੁੰਚ ਨਹੀਂ ਸੀ ਮੁਗਲਾਂ ਦੀ ਇੰਨੀ, ਪਹਿਲੀ ਗੱਲ। ਦੂਸਰੀ ਗੱਲ, ਉਹਨਾਂ ਕੋਲ ਆਪਣੀ ਮਿਲਿਸ਼ਿਆ ਵੀ ਸੀ। ਸੋ ਖੈਰ, ਕਹਿਣ ਦਾ ਮੇਰਾ ਭਾਵ ਇਹ ਹੈ ਕਿ ਗੁਰੂ ਤੇਗ ਬਹਾਦਰ ਵਾਸ ਵਰਕਿੰਗ ਵਿਦ ਗੁਰੂ ਹਰ ਰਾਏ ਐਂਡ ਹਰਕ੍ਰਿਸ਼ਨ, ਇਸੇ ਕਰਕੇ ਗੁਰੂ ਹਰਕ੍ਰਿਸ਼ਨ ਜੀ ਨੇ ਇਸ਼ਾਰਾ ਕੀਤਾ ਉਹਨਾਂ ਵੱਲ, ਬਾਬਾ ਬਕਾਲੇ ਵੱਲ। ਮੇਰੀ ਆਪਣੀ ਇਹ ਸੋਚ ਹੈ, ਦੇ ਮੇ ਹੈਵ ਬੀਨ ਅ ਸਕੀਮ ਟੂ ਦਿਸ, ਦੇ ਮੇ ਹੈਵ ਬੀਨ ਅ ਸਟ੍ਰੈਟਜੀ ਟੂ ਆਲ ਆਫ ਦਿਸ ਜੀ। ਦ ਫੈਕਟ ਇਜ਼, ਅਸੀਂ ਗੱਲ ਇਹ ਕਰਨੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਮਿਲੀ ਉਸ ਵੇਲੇ, ਦੇਖੋ ਉਹਨਾਂ ਦੀ ਹਾਲਤ ਕੀ ਸੀ। ਉਹਨਾਂ ਦੀ ਹਾਲਤ ਇਹ ਸੀ ਕਿ ਫੈਮਿਲੀ ਧੀਰਮਲ ਪ੍ਰਿਥੀ ਚੰਦ ਦੇ ਅੱਗੋਂ ਜਿਹੜੇ ਸਨ ਰਾਮ ਰਾਏ, ਦੇ ਵਰ ਕੰਟੈਂਡਰਸ, ਉਹਨਾਂ 'ਤੇ ਫਿਜ਼ੀਕਲ ਹਮਲੇ ਵੀ ਕਰਵਾਏ। ਉਹ ਜਦੋਂ ਅੰਮ੍ਰਿਤਸਰ ਗਏ, ਉਹਨਾਂ ਨੂੰ ਉੱਥੇ ਵੜਨ ਨਹੀਂ ਦਿੱਤਾ, ਇਨਫੈਕਟ ਉਹਨਾਂ 'ਤੇ ਗੋਲੀ ਵੀ ਚੱਲੀ ਜੀ। ਲੇਕਿਨ ਗੁਰੂ ਤੇਗ ਬਹਾਦਰ ਦੀ ਤੁਸੀਂ ਦੇਖੋ ਵਟ ਵਾਜ਼ ਹਿਜ਼ ਰਿਸਪੋਂਸ ਜੀ। ਪੰਜਾਬ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਇਹਨਾਂ ਦੇ ਕੰਟਰੋਲ ਤੋਂ ਥੋੜ੍ਹੀਆਂ ਥੋੜ੍ਹੀਆਂ ਖਿਸਕ ਗਈਆਂ ਐਜ਼ ਅ ਰਿਜ਼ਲਟ, ਬਿਕੋਜ਼ ਇਟ ਵਾਜ਼ ਹਾਰਡ ਫਾਰ ਦੈਮ ਟੂ ਗੋ ਦੇਅਰ। ਸੋ ਵਟ ਡਿਡ ਹੀ ਡੂ? ਮੈਨੂੰ ਇਹ ਗੱਲ ਮਤਲਬ ਬਹੁਤ ਉਹਨਾਂ ਦੀ ਲੱਗਦੀ ਹੈ ਲੈਸਨ ਟੂ ਬੀ ਲਰਨਡ, ਕਿ ਉਹ ਬੈਠ ਨਹੀਂ ਗਏ। ਫਿਰ ਉਹਨਾਂ ਨੇ ਨਵੀਂ ਨੈਟਵਰਕ ਜਿਹੜੀ ਹੈ ਸਿੱਖੀ ਦੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਬਾਈ ਟਰੈਵਲਿੰਗ ਈਸਟ ਜੀ।
ਉਸ ਤੋਂ ਉਹ ਫਿਰ ਟਰੈਵਲ ਕਰਦੇ ਕਰਦੇ ਉਹਨਾਂ ਨੇ ਗੁਰੂ ਨਾਨਕ ਦਾ ਜਿਹੜਾ ਰਸਤਾ ਸੀ ਗੈਂਜੈਟਿਕ ਪਲੇਨ ਵਾਲਾ ਹਰਿਦੁਆਰ ਆਗਰਾ ਕਰਦਿਆਂ ਕਰਦਿਆਂ ਪਟਨਾ ਆਲ ਦ ਵੇ ਟੂ ਅਸਾਮ ਜੀ ਸੋ ਇਨਸਟੈਡ ਆਫ ਜਸਟ ਮੋਪਿੰਗ ਅਰਾਊਂਡ ਹੀ ਕ੍ਰੀਏਟਿਡ ਨਿਊ ਅ ਟੋਟਲੀ ਨਿਊ ਨੈਟਵਰਕ ਜਿਹਨੂੰ ਤੁਸੀਂ ਕਹਿ ਸਕਦੇ ਹੋ ਸਿੱਖੀ ਦਾ ਡਾਇਸਪੋਰਾ ਸਮਝ ਲਵੋ ਕਿਉਂਕਿ ਸਿੱਖੀ ਯੂ ਨੋ ਇਟ ਵਾਸ ਕਨਫਾਈਨਡ ਟੂ ਦ ਪੰਜਾਬ ਜੀ ਸੋ ਹੀ ਟਰੈਵਲਡ ਦੂਸਰੀ ਗੱਲ ਵੇਖਣ ਵਾਲੀ ਇਹ ਹੈ ਕਿ ਵਟ ਵਾਜ ਹੀ ਡੂਇੰਗ ਦੈਟ ਅਟਰੈਕਟਿਡ ਦੀ ਅਟੈਂਸ਼ਨ ਆਫ ਔਰੰਗਜ਼ੇਬ ਕਿਉਂਕਿ ਯਾਦ ਰਹੇ ਕਿ 1665 ਵਿੱਚ ਵੀ ਉਹ ਗ੍ਰਿਫਤਾਰ ਹੋ ਚੁੱਕੇ ਸਨ ਜੀ ਔਰ ਉਸ ਗ੍ਰਿਫਤਾਰੀ ਤੋਂ ਬਾਅਦ ਹੀ ਐਸਕੇਪਡ ਵਿਦ ਦੀ ਹੈਲਪ ਆਫ ਰਾਜਾ ਰਾਮ ਸਿੰਘ ਜਿਨ੍ਹਾਂ ਦੀ ਉਹ ਹਿਰਾਸਤ ਵਿੱਚ ਸਨ ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈਗਾ ਕਿ ਇਹ ਪਿੱਛੋਂ ਜੋ ਗੁਰੂ ਨਾਨਕ ਦਾ ਮਾਇੰਡ ਦਾ ਰੈਵੋਲੂਸ਼ਨ ਹੈ ਨਾ ਜੀ ਜਿਹੜੀ ਉਹਨਾਂ ਦੀ ਕ੍ਰਾਂਤੀ ਹੈ ਇਹ ਉਸ ਮੂਵਮੈਂਟ ਦੀ ਅੱਗੇ ਚਾਲ ਚੱਲਦੀ ਆ ਰਹੀ ਹੈ ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਇਜ਼ ਅ ਬਿਗ ਮਾਈਲਸਟੋਨ ਹੁਣ ਆ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਔਰ ਨਾਲ ਦੇ ਨਾਲ ਔਰੰਗਜ਼ੇਬ ਦੇ ਖਿਲਾਫ ਬਹੁਤ ਸਾਰੀਆਂ ਮੂਵਮੈਂਟਸ ਜਿਹੜੀਆਂ ਨੇ ਪੈਜ਼ੈਂਟ ਮੂਵਮੈਂਟਸ ਸ਼ੁਰੂ ਹੋ ਗਈਆਂ ਹੋਈਆਂ ਸਨ ਜੀ ਸੋ ਦੇ ਵਰ ਆਲ ਲੁਕਿੰਗ ਟੂ ਗੁਰੂ ਤੇਗ ਬਹਾਦਰ ਸੋ ਹੀ ਵਾਜ ਅ ਸੋਰਸ ਆਫ ਸਮ ਥ੍ਰੈਟ ਟੂ ਔਰੰਗਜ਼ੇਬ ਵਰਨਾ 20 ਸਾਲ ਵਿੱਚ ਜੇ ਬੰਦਾ ਭੋਰੇ 'ਚ ਬੈਠਾ ਹੋਵੇ ਔਰੰਗਜ਼ੇਬ ਨੂੰ ਕੀ ਤਕਲੀਫ ਹੈ ਉਹਦੇ ਨਾਲ ਜੀ 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 ਅਤੇ ਰਵਿੰਦਰ ਜੀ ਇਹ ਜਿਹੜੀ ਰੈਵੋਲਿਊਸ਼ਨਰੀ ਸਪਿਰਿਟ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਉਹਨਾਂ ਦੀ ਬਾਣੀ ਵਿੱਚ ਉਹਨਾਂ ਦੀ ਕੰਪੋਜੀਸ਼ਨ ਵਿੱਚ ਰਿਫਲੈਕਟ ਹੁੰਦੀ ਹੈ ਬਿਲਕੁਲ ਬਿਲਕੁਲ ਔਰ ਮੈਂ ਚਾਹਾਂਗਾ ਕਿ ਅਸੀਂ 2 ਮਿੰਟ ਲਾਈਏ 4 ਮਿੰਟ ਉਹਨਾਂ ਦੀ ਬਾਣੀ ਤੇ ਬਿਕੋਜ਼ ਐਸ ਆਈ ਸੈਡ ਅਰਲੀਅਰ ਜੀ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ ਸਾਡੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਬਾਣੀ ਹੈ ਨਾ ਉਹ ਨਵੇਂ ਮਹੱਲੇ ਦੇ ਸਲੋਕ ਨੇ ਜਿਹੜੇ ਕਿ ਅਖੰਡ ਪਾਠ ਦੇ ਅਖੀਰ 'ਚ ਪੜ੍ਹੇ ਜਾਂਦੇ ਨੇ ਉਦੋਂ ਲੋਕ ਆਮ ਜਾ ਰਹੇ ਹੁੰਦੇ ਨੇ ਜੀ ਨਵੇਂ ਮਹੱਲੇ ਦੇ ਸ਼ਲੋਕ ਸ਼ੁਰੂ ਹੋ ਗਏ ਨਾ ਆਈ ਰਿਮੈਂਬਰ ਐਜ਼ ਅ ਚਾਈਲਡ ਕਿ ਬਈ ਹੁਣ ਅਖੰਡ ਪਾਠ ਸੰਪੂਰਨ ਹੋਣ ਲੱਗਾ ਅਸੀਂ ਧਿਆਨ ਨਹੀਂ ਬਹੁਤਾ ਦਿੰਦੇ ਜੀ ਸੋ ਅਗਰ ਤੁਸੀਂ ਇਜਾਜ਼ਤ ਦਿਓ ਜੀ ਆਈ ਵੁੱਡ ਲਾਈਕ ਟੂ ਵੈਰੀ ਕੁਇਕਲੀ ਰੀਡ ਆਊਟ ਅ ਫਿਊ ਆਫ ਹਿਸ ਕੰਪੋਜੀਸ਼ਨਸ ਤਾਂ ਕਿ ਅਸੀਂ ਦੇਖ ਸਕੀਏ ਕਿ ਜੋ ਵਿਅਕਤੀ ਜੋ ਮਤਲਬ ਜਿਹਦੇ ਆਲੇ ਦੁਆਲੇ ਇੰਨਾ ਕੁਛ ਹੋ ਰਿਹਾ ਹੈ ਜੋ ਇੰਨਾ ਹੀ ਮਤਲਬ ਇਹ ਡੇਂਜਰਸ ਦੇ ਵਿੱਚ ਰਹਿ ਰਿਹਾ ਹੈ ਜੀ ਤਾਂ ਵਰਲਡ ਵਿਊ ਕੀ ਹੈ ਜੀ ਵਟ ਇਜ਼ ਹੀ ਥਿੰਕਿੰਗ ਸੋ ਵਿਦ ਯੋਰ ਪਰਮਿਸ਼ਨ ਜੀ ਦੇਖੋ ਪਹਿਲੀ ਗੱਲ ਉਹ ਇਹ ਕਹਿ ਰਹੇ ਨੇ ਜਿਹੜੀ ਵਿਚਾਰ ਯੋਗ ਹੈ ਉਹ ਇਸ ਜ਼ਿੰਦਗੀ ਬਾਰੇ ਗੱਲ ਕਰ ਰਹੇ ਨੇ ਇਸ ਦੁਨੀਆ ਬਾਰੇ ਗੱਲ ਕਰ ਰਹੇ ਨੇ ਉਹ ਕਹਿੰਦੇ ਨੇ ਸਾਧੋ ਸਾਨੂੰ ਐਡਰੈਸ ਕਰ ਰਹੇ ਨੇ ਜਿਹੜੇ ਸੀਕਰ ਨੇ ਰਚਨਾ ਰਾਮ ਬਣਾਈ ਰਾਮ ਦੀ ਇਹ ਬਣਾਈ ਹੋਈ ਰਚਨਾ ਰਾਮ ਜਿਹੜਾ ਰਮਿਆ ਹੋਇਆ ਸਾਰੀ ਚੀਜ਼ਾਂ ਦੇ ਵਿੱਚ ਜਿਹੜਾ ਰਮਿਆ ਹੋਇਆ ਲੇਕਿਨ ਅੱਗੇ ਗੱਲ ਹੈ ਜਿਹੜੀ ਹੈ ਉਹ ਮਹੱਤਵਪੂਰਨ ਉਹ ਕਹਿੰਦੇ ਨੇ ਇੱਕ ਬਿਨਸੇ ਇੱਕ ਅਸਥਿਰ ਮਾਨੇ ਅਸਚਰਜ ਲਖਿਆ ਨਾ ਜਾਏ ਉਹਨਾਂ ਨੇ ਇਸ ਕ੍ਰੀਏਸ਼ਨ ਨੂੰ ਵਿਸਮਾਦ ਜਨਕ ਕਿਹਾ ਇਟਸ ਸਮਥਿੰਗ ਟੂ ਮਾਰਵਲ ਐਟ ਇਹ ਇੱਕ ਬੜੀ ਮਾਰਵਲਸ ਔਸਮ ਜਿਹੜੀ ਹੈ ਕ੍ਰੀਏਸ਼ਨ ਹੈ ਜਿਹਦੇ ਵਿੱਚ ਅਸੀਂ ਆਏ ਹਾਂ ਸੋ ਇਹ ਪਹਿਲੀ ਗੱਲ ਦੂਸਰੀ ਗੱਲ ਉਹ ਕਹਿੰਦੇ ਨੇ ਕਿ ਜਿਹੜਾ ਮਨੁੱਖਾ ਜਨਮ ਸਾਨੂੰ ਮਿਲਿਆ ਇਸ ਔਸਮ ਵੰਡਰਸ ਯੂਨੀਵਰਸ ਵਿੱਚ ਰਹਿਣ ਦਾ ਇਹ ਬਹੁਤ ਐਵੋਲੂਸ਼ਨਰੀ ਪੀਰੀਅਡ ਤੋਂ ਬਾਅਦ ਮਿਲਿਆ ਸਾਨੂੰ ਫਿਰਤ ਫਿਰਤ ਬਹੁਤੇ ਯੁਗ ਹਾਰਿਓ ਮਾਨਸ ਦੇਹੀ ਲਈ ਬਹੁਤ ਸਮੇਂ ਬਾਅਦ ਫਿਰ ਉਹ ਵਾਰਨ ਕਰ ਰਹੇ ਨੇ ਮਾਨਸ ਜਨਮ ਅਮੋਲਕ ਹੈ ਇਹਨੂੰ ਬਾਰ ਬਾਰ ਨਹੀਂ ਮਿਲਣਾ ਇਹਨੇ ਸੋ ਹੀ ਇਜ਼ ਲੁਕਿੰਗ ਐਟ ਐਨ ਓਪਰਚੁਨਿਟੀ ਹੀ ਇਜ਼ ਲੁਕਿੰਗ ਐਟ ਦ ਫੈਕਟ ਕਿ ਅਸੀਂ ਇੱਕ ਬੜੀ ਹੀ ਵਿਸਮਾਦਜਨਕ ਦੁਨੀਆ ਦੇ ਵਿੱਚ ਰਹਿੰਦੇ ਹਾਂ ਮੈਜੀਕਲ ਆਲਮੋਸਟ ਜੀ ਫਿਰ ਉਹ ਫਿਰ ਕਹਿ ਰਹੇ ਨੇ ਕਿ ਤੁਸੀਂ ਆਏ ਹੋ ਅਤੇ ਕੁਛ ਉਪਾਅ ਕਰਕੇ ਜਾਓ ਰੈਵੋਲੂਸ਼ਨ ਇਹੀ ਹੈਗਾ ਹੈ ਗੁਰੂ ਨਾਨਕ ਦਾ ਜਿਹੜਾ ਕਿ ਆਈ ਥਿੰਕ ਇਜ਼ ਵਟ ਡਿਸਟਿੰਗੁਇਸ਼ਸ ਇਟ ਫਰੋਮ ਐਵਰੀਥਿੰਗ ਐਲਸ ਪਾਵਰ ਤਾਂ ਸਭ ਨੂੰ ਸਮਝ ਆਉਂਦੀ ਹੈ ਗਿਆਨ ਵੀ ਸਭ ਨੂੰ ਸਮਝ ਆਉਂਦਾ ਹੈ ਲੇਕਿਨ ਜੋ ਨਹੀਂ ਸਮਝ ਆਉਂਦਾ ਉਹ ਹੈ ਪ੍ਰੇਮ ਪਿਆਰ ਸੋ ਇੱਥੇ ਸਾਨੂੰ ਰੁਕਣਾ ਪਏਗਾ ਇੱਕ ਸੈਕਿੰਡ ਲਈ ਗੁਰੂ ਨਾਨਕ ਦੇ ਫਿਲਸਫੇ ਨੂੰ ਸਮਝਣ ਵਾਸਤੇ ਕਿਉਂਕਿ ਗੁਰੂ ਤੇਗ ਬਹਾਦਰ ਦਾ ਜੋ ਮਾਰਟਿਰਡਮ ਹੈ ਯੂ ਕੁਡ ਸੇ ਕਿ ਗੁਰੂ ਨਾਨਕ ਆਲਰੇਡੀ ਫੋਰਸੋ ਇਟ ਕਿਉਂਕਿ ਉਹ ਕਹਿੰਦੇ ਹਨ ਜੇ ਤੋ ਪ੍ਰੇਮ ਖੇਲਣ ਕਾ ਚਾਹੋ ਜੀ ਸਿਰ ਰੱਖ ਤਲੀ ਗਲੀ ਮੇਰੀ ਆਓ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈਗਾ ਕਿ ਕ੍ਰੀਏਸ਼ਨ ਜਿਹੜੀ ਹੈ ਇਟ ਇਜ਼ ਐਨ ਐਕਟ ਆਫ ਲਵ ਔਰ ਐਕਟ ਆਫ ਲਵ ਜੋ ਹੈ ਉਹ ਸੈਕਰੀਫਾਈਸ ਹੈ ਇਹ ਜਿਹੜੀ ਐਵੋਲੂਸ਼ਨ ਵੀ ਸਾਡੀ ਹੁੰਦੀ ਹੈ ਯੂ ਗਿਵ ਅਪ ਸਮਥਿੰਗ ਇਨ ਆਰਡਰ ਟੂ ਇਵੋਲਵ ਟੂ ਅ ਹਾਇਰ ਲੈਵਲ ਉਹਦੇ ਵਾਸਤੇ ਕੁਛ ਦੇਣਾ ਪੈਂਦਾ
ਸੋ ਅਸੀਂ ਕਿਸ ਚੀਜ਼ ਵੱਲ ਇਵੋਲਵ ਕਰ ਰਹੇ ਹਾਂ? ਇਹਨਾਂ ਦਾ ਜੋ ਸਿਸਟਮ ਹੈ, ਜੋ ਇਹਨਾਂ ਦੀ ਸੋਸ਼ਲ ਫਿਲਾਸਫੀ ਹੈ ਗੁਰੂਆਂ ਦੀ, ਅਸੀਂ ਇਵੋਲਵ ਕਰ ਰਹੇ ਹਾਂ ਉਸ ਪਾਸੇ ਕਿ ਜਿੱਥੇ ਸੋਵਰੇਨਿਟੀ ਬੰਦੇ ਦੀ ਹੋਵੇ, ਇੰਡੀਵਿਜੁਅਲ ਦੀ, ਨਾ ਕਿ ਉਹਦੀ ਮਰਜ਼ੀ ਦੇ ਖਿਲਾਫ ਉਹਦੇ ਉੱਤੇ ਰਾਜ ਕੀਤਾ ਜਾਵੇ। ਇਹ ਰੈਵੋਲੂਸ਼ਨ ਹੈ ਅਗੇਂਸਟ ਹੈਜਮੋਨਿਕ ਸਿਸਟਮਸ, ਜਿਹੜੇ ਕਿ ਸਾਰਿਆਂ ਨੂੰ ਤੁਸੀਂ ਨਾ ਸੋਰ ਦੇ ਜ਼ੋਰ 'ਤੇ ਲੋਕਾਂ ਨੂੰ ਦਬਾ ਕੇ ਰੱਖਣਾ, ਅੱਜ ਕੱਲ੍ਹ ਦੀ ਦੁਨੀਆ 'ਚ ਨੇਸ਼ਨ ਸਟੇਟ, ਇਹ ਬੜੀ ਵੱਡੀ ਕ੍ਰਾਂਤੀ ਹੈ ਗੁਰੂ ਨਾਨਕ ਦੀ। ਇਸ ਕਰਕੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਜੋ ਹੈ ਸਾਨੂੰ ਉਸ ਲੈਂਸ ਤੋਂ ਦੇਖਣੀ ਪਏਗੀ। ਹੀ ਇਜ਼ ਬੇਸਿਕਲੀ ਰੇਜ਼ਿੰਗ ਅ ਵੋਇਸ ਅਗੇਂਸਟ ਅ ਮੋਨਾਰਕਿਕਲ ਸਿਸਟਮ, ਡਾਇਨੈਸਟੀਕਲ ਸਿਸਟਮ। ਸਾਨੂੰ ਨਹੀਂ ਚਾਹੀਦਾ ਇਹ ਸਿਸਟਮ ਜਿਹੜਾ ਆਮ ਬੰਦੇ ਨੂੰ, ਜਿਹੜੀ ਉਹਦੀ ਇੰਡੀਵਿਜੁਅਲਿਟੀ ਹੈ ਉਹਨੂੰ ਮਾਰ ਦਿੰਦਾ ਹੈ। ਜੀ ਜੀ ਜੀ, ਦੈਟ ਇਜ਼ ਦ ਰੈਵੋਲੂਸ਼ਨ, ਦੈਟ ਇਜ਼ ਵਾਈ ਔਰੰਗਜ਼ੇਬ ਇਜ਼ ਅਫਰੇਡ। ਜੀ ਜੀ ਜੀ, ਇਹ ਜਿਹੜੀ ਤੁਸੀਂ ਦੇਖੋ, ਅਸੀਂ ਇਹਨਾਂ ਦੀ ਜਿਹੜੀ ਸ਼ਹਾਦਤ ਹੈ ਉਸਨੂੰ ਕਿਸ ਕੋਂਟੈਕਸਟ 'ਚ ਦੇਖਦੇ ਹਾਂ, ਔਰ ਉਸ ਵਾਸਤੇ ਹੁਣ ਲਫਜ਼ ਵੀ ਜਿਹੜੇ ਇਸਦੇ 'ਚ ਵੀ ਡਿਵੀਜ਼ਨ ਹੈਗੀ ਹੈ, ਕੋਈ ਹਿੰਦ ਦੀ ਚਾਦਰ ਕਹਿੰਦੇ ਨੇ, ਕੋਈ ਧਰਮ ਦੀ ਚਾਦਰ ਕਹਿੰਦੇ ਨੇ, ਐਂਡ ਉਹ ਜੋ ਅੰਡਰਲਾਈਂਗ ਪ੍ਰਿੰਸੀਪਲ ਹੈ, ਔਰ ਤੁਸੀਂ ਬੜੀ ਸੋਹਣੀ ਗੱਲ ਕਹੀ ਕਿ ਜੇ ਅੰਡਰਲਾਈਂਗ ਪ੍ਰਿੰਸੀਪਲ ਹੈ ਹਰ ਇੱਕ ਦੀ ਆਪਣੀ ਜਿਹੜੀ ਸੋਵਰਨਿਟੀ, ਆਪਣੀ ਜਿਹੜੀ ਫਰੀਡਮ ਹੈ ਉਸਨੂੰ ਪ੍ਰੋਟੈਕਟ ਕਰਨ ਦਾ, ਔਰ ਇਹ ਥੋਟ ਜਿਹੜੀ ਹੈ ਇਹ ਗੁਰੂ ਨਾਨਕ ਤੋਂ ਚੱਲਦੀ ਹੈ। ਅਸੀਂ ਦੇਖਦੇ ਹਾਂ ਬਾਬਰ ਬਾਨੀ ਵਿੱਚ ਗੁਰੂ ਨਾਨਕ ਕਹਿੰਦੇ ਨੇ ਉਹ ਪ੍ਰੋਟੈਕਟ ਕਰਦੇ ਨੇ ਉਹ ਹਿੰਦੂ ਔਰਤਾਂ ਦਾ, ਉਹ ਮੁਸਲਿਮ ਔਰਤਾਂ ਦਾ ਰਾਈਟ, ਜਿਸ ਨਾਲ ਉਹ ਡਿਸਐਗਰੀ ਕਰਦੇ ਨੇ, ਬਿਲਕੁਲ, ਬਟ ਉਹ ਰਾਈਟ ਜਿਹੜਾ ਉਹ ਪ੍ਰੋਟੈਕਟ ਕਰਦੇ ਨੇ ਉਸ ਤਰ੍ਹਾਂ ਚੱਲਣ ਦਾ। ਜੀ ਜੀ, ਇਹਦਾ ਮਤਲਬ ਯੂਨੀਫਾਰਮਿਟੀ ਨਹੀਂ ਹੈ, ਇਹਦਾ ਮਤਲਬ ਤੁਸੀਂ ਜੋ ਵੀ ਹੋ। ਸੋ ਉਸ ਵਾਸਤੇ ਉਹ, ਇਸ ਕਰਕੇ ਜਿਹੜੀ ਇਹਦੇ ਨਾਲ ਦੀ ਗੱਲ ਹੈ ਗੁਰਬਾਣੀ ਦੇ ਵਿੱਚ, ਜਿਹੜੀ ਗੁਰਮਤ ਨੂੰ ਸਮਝਣ ਵਾਸਤੇ, ਇਸ ਵਾਸਤੇ ਸਭ ਤੋਂ ਵੱਡੀ ਅੜਚਨ ਜੋ ਹੈ ਜੀ ਇਸ ਵਰਲਡ ਵਿਊ ਨੂੰ ਅੱਗੇ ਵਧਾਉਣ ਦੀ, ਉਹ ਹੈ ਬੰਦੇ ਦੀ ਇੰਡੀਵਿਜੁਅਲ ਹਉਮੈ। ਕਿਉਂਕਿ ਹਉਮੈ ਲੁਕਸ ਐਟ ਦੀ ਅਦਰ। ਗੁਰੂ ਨਾਨਕ ਕਹਿ ਰਿਹਾ ਦੇਰ ਇਜ਼ ਨੋ ਅਦਰ, ਦੈਟ ਇਜ਼ ਦ ਪੈਰਾਡਾਈਮ ਸ਼ਿਫਟ। ਇਹ ਜੋ ਇੱਕ ਹੈ ਇਹ ਅਨੇਕ ਹੋ ਕੇ ਬੈਠਾ ਹੋਇਆ, ਇਸੇ ਚੀਜ਼ ਨੂੰ ਗੁਰੂ ਤੇਗ ਬਹਾਦਰ ਅਸਚਰਜ ਕਹਿ ਰਹੇ ਨੇ ਕਿ ਤੂੰ ਯਾਰ ਇੱਕ ਵੀ ਹੈ, ਅਨੇਕ ਵੀ ਹੈ, ਦਿਸਦਾ ਵੀ ਨਹੀਂ, ਕਿਧਰੇ ਤੂੰ ਬਿਨਸ ਰਹੇ ਹੈ, ਕਿਧਰੇ ਤੂੰ ਅਸਥਿਰ ਹੈ ਜੀ। ਸੋ ਉਹਦੇ ਵਿੱਚ ਜੋ ਸਭ ਤੋਂ ਵੱਡੀ ਅੜਚਨ ਹੈ ਉਹ ਹੈ ਤੁਹਾਡੀ ਹਉਮੈ। ਸੋ ਯੂ ਹੈਵ ਟੂ, ਸੋ ਇਸੇ ਕਰਕੇ ਉਹ ਕਹਿੰਦੇ ਨੇ ਹਰ ਕਾ ਭਜਨ ਕਰਨ ਨੂੰ ਕਹਿੰਦੇ ਨੇ। ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਹੈ ਕਿ ਤੁਸੀਂ ਜੋਤ ਸਰੂਪ ਹੈਗੇ ਹੋ, ਯੂ ਹੈਵ ਟੂ ਸ਼ਿਫਟ ਯੂਅਰ ਪਰਸੈਪਸ਼ਨ ਐਂਡ ਨੋਟ ਆਈਡੈਂਟੀਫਾਈ ਵਿਦ ਦੀ ਈਗੋ ਦੈਟ ਯੂ ਹੈਵ, ਬਟ ਟੂ ਆਈਡੈਂਟੀਫਾਈ ਵਿਦ ਦੀ ਐਸੈਂਸ ਵਿਦ ਇਨ ਯੂ, ਜੋ ਤੁਸੀਂ ਸਹੀ ਮਾਇਨੇ ਚ ਹੋ, ਉਸ ਪਰਸਪੈਕਟਿਵ ਤੋਂ ਤੁਸੀਂ ਦੁਨੀਆ ਨੂੰ ਦੇਖਣਾ। ਜਦੋਂ ਤੁਸੀਂ ਉਸ ਪਰਸਪੈਕਟਿਵ ਤੋਂ ਦੇਖੋਗੇ, ਯੂ ਵਿਲ ਸੀ ਨੋ ਅਦਰ, ਤਾਂ ਹੀ ਇਹ ਜਿਹੜਾ ਹੈ ਉਹਦੇ ਵਾਸਤੇ, ਦੇਖੋ ਨਾ, ਯੂ ਹੈਵ ਟੂ ਗਿਵ ਅਪ ਯੋਰ ਈਗੋ, ਯੂ ਹੈਵ ਟੂ ਕਿਲ ਯੋਰ ਈਗੋ ਇਨ ਅ ਸੈਂਸ, ਕ੍ਰੀਏਟ, ਇਹੀ ਇੱਕ ਸੈਕਰੀਫਾਈਸ ਹੈ ਬੜਾ ਵੱਡਾ, ਆਪੇ ਨੂੰ ਮਾਰਨਾ, ਤਾਂ ਹੀ ਤੁਸੀਂ ਕਾਬਲ ਹੋਵੋਗੇ ਇਸ ਤਰ੍ਹਾਂ ਦੀ ਸੁਸਾਇਟੀ ਪੈਦਾ ਕਰਨ ਵਾਸਤੇ। ਜੀ 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 ਜੀ, ਰਵਿੰਦਰ ਜੀ, ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫੋਰਵਰਡ। ਦ ਵੇ ਫੋਰਵਰਡ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ, ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਰਵਿੰਦਰ ਜੀ, ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਜਿਹੜੀ ਗੁਰਬਾਣੀ ਹੈ ਉਹ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ, ਇੱਕ ਆਈਡੀਅਲ ਲਾਈਫ ਜੀਣ ਦਾ ਤਰੀਕਾ ਸਿਖਾਉਂਦੀ ਹੈ। ਮੈਂ ਇਹ ਮੰਨਦਾ ਕਿ ਗੁਰੂ ਨਾਨਕ ਸਾਹਿਬ ਨੇ 10 ਫੋਰਮਸ ਵਿੱਚ, 10 ਲਾਈਫ ਫੋਰਮਸ ਵਿੱਚ ਇੱਕ ਆਈਡੀਅਲ ਜੋ ਜੀਵਨ ਹੈਗਾ ਉਹਦੇ ਸਾਰੇ ਆਸਪੈਕਟਸ ਸਾਡੇ ਵਾਸਤੇ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਐਗਜ਼ੈਂਪਲੀਫਾਈ ਕੀਤਾ ਹੈ। ਹਰ ਇੰਸੀਡੈਂਟ ਜਿਹੜਾ ਹੈ ਉਹ ਇਸ 10 ਲਾਈਫਸ ਦੇ ਨਾਲ, ਯੂ ਨੋ, ਦੇ ਹੈਵ ਐਕਸਪੀਰੀਅੰਸਡ ਐਂਡ ਸ਼ੋਨ ਅਸ ਦ ਪੈਥ ਕਿ ਉਸਨੂੰ ਕਿਸ ਤਰ੍ਹਾਂ ਡੀਲ ਕਰਨਾ ਹੈ, ਔਰ ਜਿਹੜੀ ਬਾਣੀ ਹੈ ਉਹ ਉਨ ਸਿਚੁਏਸ਼ਨਸ ਨੂੰ ਸਾਨੂੰ ਕਿਵੇਂ ਹੈਂਡਲ ਕਰਨਾ ਇਸ ਵਾਸਤੇ ਗਾਈਡ ਕਰਦੀ ਹੈ। ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜਾ ਜੀਵਨ ਹੈ ਔਰ ਉਹਨਾਂ ਦੀ ਜੋ ਬਾਣੀ ਹੈ ਉਸਨੂੰ ਕਿਵੇਂ ਤੁਸੀਂ ਸਮਰਾਈਜ਼ ਕਰਦੇ ਹੋ, ਉਸਨੂੰ ਕਿਵੇਂ ਵੇਖਦੇ ਹੋ? ਵਾਟ ਇਜ਼ ਦ ਲੈਸਨ ਦੈਟ ਇਟ ਲੀਵਸ ਫੋਰ ਅਸ ਟੂ ਲੀਵ ਅ ਬੈਟਰ ਲਾਈਫ? ਜੀ ਜੀ, ਅਸੀਂ ਪਹਿਲੋਂ ਗੱਲ ਕਰ ਚੁੱਕੇ ਹਾਂ ਥੋੜ੍ਹੀ ਜਿਹੀ। ਜੀ, ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਹੈ ਕਿ ਤੁਸੀਂ ਜਿਹੜੀ ਦੁਨੀਆ 'ਚ ਬੈਠੇ ਹੋਏ ਹੋ ਜੀ, ਉਹਨੂੰ ਉਹਨਾਂ ਨੇ ਅਸਚਰਜ ਵਿਸਮਾਦਜਨਕ ਕਿਹਾ। ਦਿਸ ਇਜ਼ ਅ ਮੈਜੀਕਲ ਯੂਨੀਵਰਸ, ਠੀਕ ਹੈ ਜੀ। ਯੂ ਆਰ ਇਨ ਅ ਪਲੇਸ ਵੇਅਰ ਯੂ ਕੈਨ ਡੂ ਥਿੰਗਸ। ਇਹ ਸੈਲਫ ਡਿਸਕਵਰੀ ਦਾ ਇਹ ਧਰਮ ਖੰਡ ਹੈਗਾ,
ਗੁਰੂ ਨਾਨਕ ਦਾ। ਦਿਸ ਇਜ਼ ਦੀ ਫੀਲ ਆਫ ਐਕਸ਼ਨ। ਠੀਕ ਹੈ। ਦੂਸਰੀ ਗੱਲ ਅਸੀਂ ਕਿਹਾ ਸੀ ਕਿ ਇਹ ਜਿਹੜਾ ਮਨੁੱਖਾ ਜਨਮ ਹੈ ਇਹ ਬਾਰ ਬਾਰ ਨਹੀਂ ਮਿਲਣਾ, ਔਰ ਬਹੁਤ ਫਿਰਤ ਫਿਰਤ ਬਹੁਤੇ ਜੁਗ ਹਾ ਰਹੇ ਹੋ ਵਾਲੀ ਗੱਲ ਹੈ। ਸੋ ਇਹਦੀ ਰੈਰਿਟੀ ਨੂੰ, ਇਹਦੀ ਪ੍ਰੈਸ਼ਸਨੈਸ ਨੂੰ ਸਮਝੋ, ਸਮਾਂ ਨਾ ਗਵਾਓ। ਰਾਈਟ, ਇਟਸ ਅ ਪ੍ਰੈਸ਼ਸ ਲਾਈਫ। ਹੁਣ ਉਹ ਪੁੱਛ ਰਹੇ ਨੇ ਸਵਾਲ ਆਪਣੇ ਸਲੋਕਾਂ 'ਚ, ਉਹਨਾਂ ਦਾ ਜਿਹੜਾ ਪਹਿਲਾ ਹੀ ਸਲੋਕ ਹੈ ਨਾ, ਉਹ ਕਹਿੰਦਾ ਹੈ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ ਜਹਿ ਬਿਦ ਜਲ ਕੋ ਮੀਨ। ਹੀ ਇਜ਼ ਐਡਰੈਸਿੰਗ ਆਲ ਆਫ ਅਸ ਬਾਈ ਸੇਇੰਗ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਦਾ ਮਤਲਬ ਇਹ ਕਿ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਇਹਨੂੰ ਵਿਅਰਥ ਗਵਾ ਰਹੇ ਹੋ। ਅਕਾਰਥ ਮੀਨਸ ਫਿਊਟਾਇਲ। ਕਿਉਂ? ਗੁਣ ਗੋਬਿੰਦ ਗਾਇਓ ਨਹੀਂ। ਹੁਣ ਗੁਣ ਗੋਬਿੰਦ ਗਾਇਓ ਨਹੀਂ ਦਾ ਕੀ ਮਤਲਬ ਹੈ? ਗਾਇਓ ਹੈਜ ਮਲਟੀਪਲ ਕੋਨੋਟੇਸ਼ਨਸ। ਇਟ ਕੈਨ ਮੀਨ ਗਾਣਾ, ਜਿਹੜਾ ਕਿ ਕੀਰਤਨ ਕਰਨਾ ਇਸ ਗਾਣਾ, ਗੁਣ ਗਾ ਰਹੇ ਹੋ ਉਦੋਂ ਵੀ। ਗਾਣ ਦਾ ਮਤਲਬ ਰੈਜ਼ੋਨੈਂਸ ਵੀ ਹੁੰਦੀ ਹੈ। ਇਟ ਮੀਨਸ ਟੂ ਰੈਜ਼ੋਨੇਟ ਵਿਦ ਸਮਥਿੰਗ। ਸੋ ਵਟ ਹੀ ਇਜ਼ ਆਸਕਿੰਗ ਯੂ ਇਜ਼ ਗੁਣ ਗੋਬਿੰਦ ਗਾਇਓ ਨਹੀਂ। ਗੋਬਿੰਦ ਕੌਣ ਹੈ? ਗੋਬਿੰਦ ਇਜ਼ ਅ ਮੈਟਾਫਰ ਫੋਰ ਦ ਪ੍ਰੋਟੈਕਟਰ। ਗੋਬਿੰਦ ਦਾ ਮਤਲਬ ਹੁੰਦਾ ਜੋ ਅਰਥ ਨੂੰ ਪ੍ਰੋਟੈਕਟ ਕਰਦਾ ਹੈ, ਗੋਬਿੰਦ। ਠੀਕ ਹੈ। ਬਟ ਇਟ ਇਜ਼ ਅ ਮੈਟਾਫਰ ਫੋਰ ਦ ਕ੍ਰੀਏਟਰ। ਸੋ ਉਹ ਪੁੱਛ ਰਹੇ ਨੇ ਤੁਹਾਨੂੰ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ। ਦੈਟ ਮੀਨਸ ਕਿ ਆਰ ਯੂ ਸਿੰਗਿੰਗ ਦ ਸੌਂਗ ਆਫ ਲਾਈਫ, ਕਿ ਤੁਹਾਡੇ ਅੰਦਰ ਉਹ ਮਿਊਜ਼ਿਕ ਚੱਲ ਰਿਹਾ। ਵਟ ਹੀ ਇਜ਼ ਸੇਇੰਗ ਇਜ਼ ਕਿ ਆਰ ਯੂ ਇਨ ਸਿੰਕ ਵਿਦ ਯੋਰ ਐਨਵਾਇਰਨਮੈਂਟ, ਆਰ ਯੂ ਇਨ ਹਾਰਮਨੀ ਵਿਦ ਯੋਰ ਸਰਾਊਂਡਿੰਗਸ, ਆਰ ਯੂ ਇਨ ਹਾਰਮਨੀ ਵਿਦ ਯੋਰ ਸੈਲਫ। ਦੈਟਸ ਦ ਥਿੰਗ ਟੂ ਰਿਮੈਂਬਰ। ਸੋ ਇਹ ਸਿੱਖਿਆ ਸਾਡੇ ਵਾਸਤੇ ਦੈਟ ਯੂ ਹੈਵ ਟੂ ਬੀ ਇਨ ਸਿੰਕ ਵਿਦ ਯੋਰ। ਹੁਕਮ ਵਿੱਚ ਚੱਲਣਾ is another way of saying the same thing. ਠੀਕ ਹੈ ਜੀ। ਇਹ ਤੁਸੀਂ ਗੀਤ ਗਾਣਾ, ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਸੁਰ ਨਿਕਲਦੇ ਨੇ ਉਹ ਇਹ ਸੁਰ ਨਿਕਲਦੇ, ਤੁਸੀਂ ਅਸੁਰ ਨਹੀਂ ਹੋਣਾ। ਤੁਸੀਂ ਇਸੇ ਕਰਕੇ ਗੀਤ ਉਹ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ। ਯੂ ਫੋਲੋ ਦ ਪੁਆਇੰਟ? ਯੂ ਹੈਵ ਟੂ ਬੀ ਇਨ ਰਿਦਮ ਵਿਦ ਦ ਵਰਲਡ ਅਰਾਊਂਡ, ਵੀ ਜਿੱਥੇ ਵੀ ਹੈਗੇ ਹੋ। ਹੁਣ ਉਹ ਕਹਿੰਦੇ ਨੇ ਕਿ ਮਨ ਮੇਰੇ ਵੱਸ 'ਚ ਨਹੀਂ ਹੈਗਾ, ਮਨ ਮੇਰੀ ਗੱਲ ਮੰਨਦਾ ਨਹੀਂ, ਹਾਂ ਮੈਂ ਮੈਨੂੰ ਇੱਧਰ ਉੱਧਰ ਦੌੜਾਏ ਫਿਰ ਅਬ ਮੈਂ ਕੌਣ ਉਪਾਅ ਕਰੂੰ ਜੀ ਇਹ ਬਿਦ ਮਨ ਕੋ ਸੰਸਾ ਚੁੱਕੇ। ਉਹ ਕਹਿੰਦੇ ਨੇ ਮਨ ਮੇਰੇ ਬਸ ਨਹੀਂ, ਮਨ ਮਾਇਆ ਮੈਂ ਉਰਜ ਰਹੇ ਹੋ, ਇਹ ਮੇਰੀ ਪ੍ਰੋਬਲਮ ਹੈ ਕਿ ਮੈਂ ਉਸ ਜਿਹੜਾ ਗਾਣਾ ਗਾਣਾ ਹੈ ਉਹ ਕਿਵੇਂ ਗਾਵਾਂ ਜਦਕਿ ਮੇਰਾ ਮਨ ਇੱਧਰ ਉੱਧਰ ਭੱਜ ਰਿਹਾ ਜੀ। ਰਾਈਟ। ਸੋ ਉਹ ਕਹਿੰਦੇ ਨੇ ਜਤਨ ਸੁੱਖ ਕੇ ਬਹੁਤ ਕੀਏ, ਦੁੱਖ ਕੋ ਕੀਓ ਨਾ ਕੋਏ। ਮੈਂ ਬਹੁਤ ਯਤਨ ਕਰ ਰਿਹਾ, ਮਨ ਮੇਰਾ ਸੁਣਦਾ ਨਹੀਂ ਪਿਆ, ਮੈਂ ਕਦੀ ਇੱਧਰ ਪਿਆ ਦੌੜਨਾ, ਕਦੀ ਉੱਧਰ ਪਿਆ ਦੌੜਨਾ, ਇਹ ਸਾਰਾ ਤਾਂ ਅਸੀਂ ਆਈਡੈਂਟੀਫਾਈ ਕਰ ਹੀ ਸਕਦੇ ਹਾਂ। ਇੱਧਰ ਉੱਧਰ ਦੀ ਭੱਜ ਲੱਗੀ ਹੋਈ ਹੈ, ਅੰਦਰ ਐਂਗਜ਼ਾਇਟੀ ਹੈ, ਅੰਦਰ ਫੀਅਰ ਹੈ, ਅੰਦਰ ਹਰ ਤਰ੍ਹਾਂ ਦਾ ਸਟ੍ਰੈਸ ਹੈ। ਉਹ ਕਹਿੰਦੇ ਨੇ ਫਿਰ ਹੁੰਦਾ ਕੀ ਹੈ, ਇਹ ਕਰਦਿਆਂ ਕਰਦਿਆਂ ਇੱਕ ਐਸੀ ਸਿਚੁਏਸ਼ਨ ਆ ਜਾਂਦੀ ਹੈ, ਸਿਰ ਕੰਪਿਓ ਪੱਗ ਡਗਮਗੇ, ਸਿਰ ਹਿੱਲਣ ਲੱਗ ਜਾਂਦਾ, ਜੋਤ ਨੈਣ ਜੋਤ 'ਤੇ ਹੀ ਭੜੇ ਪਾ ਜਾਂਦਾ। ਸੋ ਹੀ ਸੇਇੰਗ ਕਿ ਦਿਸ ਇਜ਼ ਦ ਲਾਈਫ ਜਿਹੜੀ ਕਿ ਅਸੀਂ ਆਮ ਗੁਜ਼ਾਰਦੇ ਹਾਂ। ਇਸ ਕਰਕੇ ਗੁਰਮਤ ਨੂੰ, ਗੁਰਬਾਣੀ ਤੋਂ ਤੁਸੀਂ ਸੈਲਫ ਨੌਲੇਜ ਲੈਣੀ ਹੈ। ਸਰਬ ਰੋਗ ਕਾ ਔਖਦ ਨਾਮ। ਸੋ ਬਾਣੀ ਵਿੱਚ ਨਾਮ ਹੀ ਹੈ ਨਾ। ਸੋ ਨਾਮ ਦਾ ਮਤਲਬ ਕੀ ਹੈ? ਨਾਮ ਇਜ਼ ਵਟ ਕੈਨ ਬੀ ਡਿਟਰਮਿਨ ਆਫ ਦ ਕ੍ਰੀਏਟਰ। ਉਹਦਾ ਮਤਲਬ ਹੈ ਸੈਲਫ ਨੌਲੇਜ। ਤੁਹਾਨੂੰ ਆਪਣੀ ਸੈਲਫ ਦੀ ਨੌਲੇਜ ਚਾਹੀਦੀ ਹੈ ਇਨ ਆਰਡਰ ਟੂ ਸਿੰਗ ਦੈਟ ਸੌਂਗ। ਉਹਦੇ ਬਗੈਰ ਤੁਸੀਂ ਉਹ ਗਾਣਾ ਨਹੀਂ ਗਾ ਸਕਦੇ। ਉਹ ਨੌਲੇਜ ਕਿੱਥੋਂ ਮਿਲੇਗੀ ਤੁਹਾਨੂੰ? ਫੋਰ ਸਟਾਰਟਰਸ, ਉਹ ਨੌਲੇਜ ਤੁਹਾਨੂੰ ਤਾਂ ਮਿਲੇਗੀ ਜਦੋਂ ਤੁਸੀਂ ਗੁਰਬਾਣੀ ਨਾਲ ਜੁੜੋਗੇ, ਗੁਰੂ ਨਾਲ ਜੁੜੋਗੇ। ਉਹ ਤੁਹਾਨੂੰ ਤੁਹਾਡੇ ਅੰਦਰ ਦੇ ਮੂਲ ਨਾਲ, ਤੁਹਾਡੇ ਸੈਲਫ ਨਾਲ ਜੁੜੇਗਾ, ਤੁਹਾਨੂੰ ਸੈਲਫ ਨੌਲੇਜ ਦੇਗਾ, ਤੇ ਤੁਹਾਡਾ ਇਹ ਗੀਤ ਜਿਹੜਾ ਬਣਨਾ ਸ਼ੁਰੂ ਹੋ ਜਾਏਗਾ। ਦੈਟ ਇਜ਼ ਰੀਅਲੀ ਦ ਕ੍ਰਕਸ ਆਫ ਅ ਗੁਰਮੁਖ ਲਾਈਫ। ਤੇ ਫਿਰ ਇੱਕ ਸ਼ਬਦ ਹੈ ਜਿਹੜਾ ਮੈਂ ਜ਼ਰੂਰ ਪੜ੍ਹਨਾ ਚਾਹਾਂਗਾ, ਦੈਟ ਟੈਲਸ ਯੂ ਕਿ ਮਾਰਕਰਸ ਕੀ ਨੇ ਉਸ ਬੰਦੇ ਦੇ, ਉਸ ਗੁਰਮੁਖ ਦੇ ਜੀ। ਉਹ ਕਹਿੰਦੇ ਨੇ ਜੋ ਨਰ ਦੁੱਖ ਮੇਂ ਦੁੱਖ ਨਹੀਂ ਮੰਨੇ, ਸਮਝ ਗਏ ਹੋ ਜੀ, ਦੁੱਖ 'ਚ ਦੁੱਖ ਨੂੰ ਨਹੀਂ ਮੰਨਦਾ, ਸੁੱਖ ਸਨੇਹ ਅਰ ਪੈ ਨਹੀਂ ਮੰਨੇ, ਡਰਦਾ ਨਹੀਂ, ਨਹਿ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ। ਹੀ ਇਜ਼ ਟਾਕਿੰਗ ਅਬਾਊਟ ਅ ਸਟੇਟ ਆਫ ਮਾਇੰਡ ਜਿੱਥੇ ਸੁੱਖ ਦੁੱਖ ਪਾਪ ਪੁੰਨ ਸੋਨਾ ਲੋਹਾ
ਮਾਨ ਅਭਿਮਾਨ ਮਨਸਾ ਯੂ ਨੋ ਐਕਸਪੈਕਟੇਸ਼ਨਸ ਇਹਨਾਂ ਸਾਰੀਆਂ ਚੀਜ਼ਾਂ ਤੋਂ ਉਹ ਉੱਚੇ ਉੱਠ ਚੁੱਕਾ ਹੈ ਕਿਉਂ ਕਿਉਂਕਿ ਇਹਦਾ ਪਰਸਪੈਕਟਿਵ ਬਦਲ ਗਿਆ ਹੋਇਆ ਹੀ ਇਜ਼ ਲੁਕਿੰਗ ਐਟ ਦ ਵਰਲਡ ਫਰੋਮ ਦ ਪਰਸਪੈਕਟਿਵ ਆਫ ਹਿਸ ਸੈਲਫ ਹੀ ਇਜ਼ ਐਕਟਿੰਗ ਸੈਲਫਲੈਸਲੀ ਦਿਸ ਇਜ਼ ਗੁਰੂ ਤੇਗ ਬਹਾਦਰ ਸਪੀਕਿੰਗ ਟੂ ਅਸ ਇਹ ਦੇਖੋ ਇਹ ਉਹ ਬੰਦਾ ਗੱਲ ਕਰ ਰਿਹਾ ਜਿਹਦੇ ਆਲੇ ਦੁਆਲੇ ਦੇਖੋ ਕਿੰਨੀ ਪ੍ਰੋਬਲਮ ਮੁਸੀਬਤਾਂ ਨੇ You see the equanimity coming out of his compositions. Oh, dul dul ke baar aa rahi hai. Humility, sacrifice. Eh sari bani unna di, aur wo kehnde hain, eh supna, supne di tarah sansaar. Don't get caught up. Ithe ravo, do magical things, but don't get caught up in it. Does that make sense? Hanji, Hanji, that makes perfect sense. And, you know, thanks for bringing this out for us. Asi jivein apa pehle vi gal kiti aur tusi gal point out kiti ki nove mahle di bani shuru ho gayi hai te bohu pain laga hai apa ne te is nu reflect karna is nu samajhna sade waste bahut zyada zaruri hai hor sanu tusi janu karao guru sahib de kuch teachings de naal So, basically, dekho, unhane is a ban of action. Ji. Kyunki jadon Kashmiri Pandit unna kol aande han. Ji. That may have been the trigger. He's not sitting around. He's very active. Assam jande ne, he mediates diplomacy. Ji. With Mughal representatives. Very active. ਥਾਂ ਥਾਂ ਤੇ ਉਹਨਾਂ ਨੇ ਪਟਨਾ ਵਿੱਚ ਦੇਖੋ ਕਿੱਡਾ ਵੱਡਾ ਗੜ੍ਹ ਸਿੱਖਾਂ ਦਾ ਹੁਣ ਇਸ ਵੇਲੇ ਜੀ ਥੈਂਕਸ ਟੂ ਗੁਰੂ ਤੇਗ ਬਹਾਦਰ ਰਾਈਟ ਹੋਰ ਸਾਰੀਆਂ ਥਾਵਾਂ ਤੇ ਉਹ ਗਏ ਨੇ ਸੋ ਇਟਸ ਬੀਨ ਵੈਰੀ ਐਕਟਿਵ ਐਂਡ ਯੈਟ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਬਾਣੀ ਤੋਂ ਕਿ ਉਹ ਉਲਝੇ ਨਹੀਂ ਹੋਏ ਉਹਨਾਂ ਨੂੰ ਇਹ ਚੀਜ਼ਾਂ ਸਤਾ ਨਹੀਂ ਰਹੀਆਂ ਕਿ ਉਹਨਾਂ ਦੇ ਕਜ਼ਨਸ ਜਾਂ ਉਹਨਾਂ ਦੇ ਕੋਈ ਹੋਰ ਯੂ ਨੋ ਉਹਨਾਂ ਨੂੰ ਮਤਲਬ ਇਹ ਕਿ ਮਾਰਨ ਦੀ ਕੋਸ਼ਿਸ਼ ਵਿੱਚ ਕਰ ਰਹੇ ਨੇ ਸੋ I personally feel ki assi jadon itihas vich janne aa ya parolde aa why do we do it why do we go and try and retrieve our past assi karde aa taaki present te kuch light shed kare taaki because you know things sort of move cyclically they happen we go because we want to get lessons from there and I think there are lessons for the individual on how to live life there are lessons for the community on how to hun ajj de daur de vich sade internal division batheri hegi hai ji correct so unna de vele vi internal division si lekin unna ne there was no rancor there was no personal issues with him eh bahut vaddi gal hegi hukm nu manna means ਕਿ ਜੋ ਚੰਗੀਆਂ ਤੁਹਾਨੂੰ ਚੀਜ਼ਾਂ ਲੱਗਦੀਆਂ ਨੇ ਉਹ ਤਾਂ ਤੁਸੀਂ ਮੰਨ ਹੀ ਲਵੋਗੇ ਪਰ ਜਿਹੜੀਆਂ ਚੀਜ਼ਾਂ ਨਹੀਂ ਵੀ ਚੰਗੀਆਂ ਲੱਗ ਰਹੀਆਂ ਉਹਨਾਂ ਨੂੰ ਵੀ ਕਬੂਲ ਕਰਨਾ ਪਏਗਾ ਜੀ ਦੈਟ ਇਜ਼ ਵੈਰੀ ਚੈਲੰਜਿੰਗ ਯੂ ਨੋ ਸਟਫ ਹੈਪਨਿੰਗ ਟੂ ਯੂ ਦੈਟ ਇਜ਼ਨਟ ਗੁੱਡ ਉਹਨੂੰ ਵੀ ਕਬੂਲ ਕਰਨਾ ਪਏਗਾ ਜੀ ਬਿਕੋਜ਼ ਦ੍ਰਿਸ਼ਟੀ ਇਹੋ ਜਿਹੀ ਹੋ ਗਈ ਹੈ ਕਿ ਸਾਰਾ ਜੋ ਸੰਸਾਰ ਦਿਸ ਰਿਹਾ ਜਿਹਦੇ ਵਿੱਚ ਮੰਦਾ ਵੀ ਚੱਲ ਰਿਹਾ ਚੰਗਾ ਵੀ ਚੱਲ ਰਿਹਾ ਗੁਰਮੁਖ ਕਹਿ ਰਿਹਾ ਇਹ ਸਭ ਹੁਕਮ ਵਿੱਚ ਚੱਲ ਰਿਹਾ ਤੇਰਾ ਭਾਣਾ ਮਿਠਾ ਨਥਿੰਗ ਪਰਸਨਲ ਜੀ ਨਥਿੰਗ ਪਰਸਨਲ ਜੀ ਸੋ ਹੁਣ ਤੁਸੀਂ ਐਗਜ਼ਾਮਪਲ ਲੈ ਲਓ ਕੋਈ ਸਿਚੁਏਸ਼ਨ ਪੈਦਾ ਹੁੰਦੀ ਹੈ ਕੋਈ ਸੱਪ ਹੈ ਉਹ ਕਿਸੇ ਨੂੰ ਡੰਗ ਮਾਰਨ ਲੱਗਦਾ ਉਸ ਐਟ ਦੈਟ ਮੋਮੈਂਟ ਇਫ ਯੂ ਆਰ ਅਲਰਟ ਤੁਸੀਂ ਉਹਨੂੰ ਮਾਰੋਗੇ ਰਾਈਟ ਬਟ ਇਟਸ ਨਾਟ ਬਿਕੋਜ਼ ਤੁਹਾਨੂੰ ਸੱਪ ਨਾਲ ਕੋਈ ਖੁੰਦਾ ਕਿ ਇਟ ਇਜ਼ ਜਸਟ ਦ ਸਿਚੁਏਸ਼ਨ ਦੈਟ ਕਾਲਸ ਫਾਰ ਇਟ ਸੋ ਗੁਰਮੁਖ ਜੋ ਹੁੰਦਾ ਹੈ ਜੀ ਉਹਦੇ ਕੋਲ ਵਿਜ਼ਡਮ ਹੁੰਦੀ ਹੈ ਟੂ ਡੀਲ ਵਿਦ ਲਾਈਫ ਇਨ ਐਵਰੀ ਗਿਵਨ ਮੋਮੈਂਟ ਉਹ ਟਪਲਾ ਨਹੀਂ ਖਾ ਸਕਦਾ ਅਸੀਂ ਡਿਸੀਜਨ ਮੇਕਿੰਗ ਕਰਦੇ ਹਾਂ ਬੇਸਡ ਔਨ ਪ੍ਰੈਜੁਡਿਸਿਸ ਬੇਸਡ ਔਨ ਬਾਇਸਿਸ ਬੇਸਡ ਔਨ ਮੈਮਰੀ ਇਸ ਤਰ੍ਹਾਂ ਹੀ ਹੁੰਦੀ ਹੈ ਨਾ ਸਾਡੀ ਕੋਈ ਗੱਲ ਕਰਦਾ ਤੁਹਾਡੇ ਸਾਹਮਣੇ ਵੀ ਕੋਈ ਬੰਦਾ ਆਉਂਦਾ ਵਿਦ ਇਨ 30 seconds ਤੁਸੀਂ ਉਹਦੀ ਪ੍ਰੋਫਾਈਲਿੰਗ ਕਰ ਲਈ ਹੁੰਦੀ ਹੈ ਜੀ ਕਿ ਬਈ ਇਹ ਦੇਖਣ ਵਿੱਚ ਇੰਜ ਲੱਗ ਰਿਹਾ ਇਹਦੀ ਪੱਗ ਨਹੀਂ ਠੀਕ ਵੱਜੀ ਇਹਦੀ ਦਾੜੀ ਢਿੱਲੀ ਹੈ ਵਟਐਵਰ ਰਾਈਟ ਪਤਾ ਨਹੀਂ ਕਿੱਥੋਂ ਆ ਗਿਆ ਇਹ ਗੁਰੂ ਤੇਗ ਬਹਾਦਰ ਤੁਹਾਨੂੰ ਸਿਖਾ ਰਹੇ ਨੇ ਕਿ ਦਿਸ ਇਜ਼ ਨਾਟ ਪਰਸਨਲ Even with Aurangzeb, it is not personal. Because jo personal hundi, Guru Gobind Singh Ji. would not deal with the Mughals. Guru Har Gobind would not deal with the Mughals after the killing of Guru Arjan.
ਸੋ ਇਹ ਤੁਸੀਂ ਦੇਖੋ ਕਿ ਸਿਲਸਿਲਾ ਚੱਲਦਾ ਆ ਰਿਹਾ। ਰਵਿੰਦਰ ਜੀ, ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਦ ਵੇ ਫਾਰਵਰਡ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਰਵਿੰਦਰ ਜੀ, ਅਸੀਂ ਅਗਰ ਸਾਰੇ 10 ਗੁਰੂਆਂ ਦੀ ਲਾਈਫ ਨੂੰ ਦੇਖੀਏ, ਕਿਸ ਤਰੀਕੇ ਨਾਲ ਉਹਨਾਂ ਦੀ ਡੀਲਿੰਗ ਹੁੰਦੀ ਹੈ ਉਸ ਵੇਲੇ ਦੇ ਹਕੂਮਤਾਂ ਦੇ ਨਾਲ, ਨਾਲ ਦੇ ਰਾਜਿਆਂ ਦੇ ਨਾਲ, ਬਾਕੀ ਲੋਕਾਂ ਦੇ ਨਾਲ, ਅਗਰ ਆਪਾਂ ਇੱਕ ਨਰੇਟਿਵ ਦੇਖਣਾ ਚਾਹੀਏ, ਵੀ ਹੈਵ ਸੀਨ ਦੈਟ ਗੁਰੂਜ਼ ਓਵਰ ਦਾ ਪੀਰੀਅਡ ਆਫ ਟਾਈਮ ਅਡੋਪਟਿਡ ਸਮ ਸਿੰਬਲਿਜ਼ਮ, ਕਈ ਹੋਰ ਗੱਲਾਂ ਤੁਸੀਂ ਜਿਨ੍ਹਾਂ ਦਾ ਜ਼ਿਕਰ ਕੀਤਾ ਵਿਚ ਹੈਪਨ ਓਵਰ ਦਾ ਪੀਰੀਅਡ ਆਫ ਟਾਈਮ, ਕੀ ਤੁਸੀਂ ਕਹਿਣਾ ਚਾਹੋਗੇ? ਵੋਟ ਇਜ਼ ਦਾ ਨਰੇਟਿਵ ਦੈਟ ਵੋਟ ਇਜ਼ ਦਾ ਸਟੋਰੀ, ਵੋਟ ਇਜ਼ ਦਾ ਕੋਂਟੈਕਸਟ ਦੈਟ ਦਾ ਗੁਰੂਜ਼ ਆਰ ਟਰਾਇੰਗ ਟੂ ਟੈਲ ਅਸ ਦੈਟ ਦੇ ਆਰ ਟਰਾਇੰਗ ਟੂ ਕ੍ਰੀਏਟ ਫੋਰ ਹਿਊਮੈਨਿਟੀ, ਫੋਰ ਆਲ ਸਿੱਖਸ ਐਂਡ ਨਾਟ ਜਸਟ ਸਿੱਖਸ, ਫੋਰ ਆਲ ਹਿਊਮੈਨਿਟੀ? ਜੀ, ਗੱਲ ਇਸ ਤਰ੍ਹਾਂ ਹੈ ਕਿ ਬਾਣੀ ਦੇ ਅੰਦਰ ਹੀ ਸਾਨੂੰ ਕਈ ਹਿੰਟਸ ਮਿਲ ਜਾਂਦੇ ਹਨ ਜੀ ਕਿ ਅਸੀਂ ਐਕਚੁਲੀ ਨਾਟ ਫੋਰ ਐਨੀ ਫਾਲਟ ਆਫ ਆਰਸ, ਬਟ ਆਈ ਥਿੰਕ ਬਿਕੋਜ਼ ਜਿਹੜਾ ਸਿੱਖ ਨੈਰੇਟਿਵ ਹੈ ਨਾ ਜੀ, ਇਹ ਅਸੀਂ ਉਧਾਰਾ ਲਿਆ ਹੋਇਆ ਹੈ। ਬੇਸਿਕਲੀ ਅਸੀਂ ਆਪਣਾ ਨੈਰੇਟਿਵ ਅਜੇ ਕ੍ਰੀਏਟ ਕੀਤਾ ਨਹੀਂ ਹੈ ਜੀ। ਇਹ ਨੈਰੇਟਿਵ ਸਾਨੂੰ ਆ ਰਿਹਾ ਪਰਸ਼ੀਅਨ ਸੋਰਸਿਸ ਤੋਂ, ਬ੍ਰਿਟਿਸ਼ ਹਿਸਟੋਰੀਅਨਸ ਤੋਂ, ਹੋਰ ਇੱਧਰੋਂ ਉੱਧਰੋਂ ਇੱਕ ਨੈਰੇਟਿਵ ਜਿਹਾ ਬਣਿਆ ਹੋਇਆ ਜੀ ਜੀ। ਉਸ ਨੈਰੇਟਿਵ ਦੇ ਅੰਦਰ ਗੁਰੂ ਨਾਨਕ ਨੂੰ ਅਸੀਂ ਫਿਕਸ ਕੀਤਾ ਹੋਇਆ ਐਸ ਸਮ ਰਿਟਾਇਰਿੰਗ ਮਿਸਟਿਕ, ਕਿਉਂਕਿ ਉਹਨੇ ਹੱਥ 'ਚ ਮਾਲਾ, ਤੁਸੀਂ ਇਮੇਜਸ ਵੀ ਦੇਖ ਲਵੋ ਗੁਰੂ ਨਾਨਕ ਦੀਆਂ ਅੱਜ, ਰਾਈਟ, ਕਿ ਹੱਥ 'ਚ ਮਾਲਾ ਫੜੀ, ਅੱਖਾਂ ਮੁੰਦੀਆਂ ਹੋਈਆਂ ਨੇ ਕਿ ਬਈ ਹੀ ਵਾਜ਼ ਸਮ ਮਿਸਟਿਕ ਸੰਤ ਸੀਗਾ ਉਹਦੇ ਵਾਸਤੇ। ਆਈ ਵੁਡ ਟਰਨ ਯੋਰ ਅਟੈਂਸ਼ਨ ਟੂ ਗੁਰੂ ਗ੍ਰੰਥ ਸਾਹਿਬ ਇਟਸੈਲਫ, ਜਿਹੜੀ ਕਿ ਸਾਡੀ ਸੋਰਸ ਹੈ, ਜਿਹਦੇ ਵਿੱਚ ਗੁਰੂ ਨਾਨਕ ਬਾਬਤ ਭੱਟਾਂ ਦੇ ਸਵਈਆਂ 'ਚ ਕਿਹਾ ਗੁਰੂ ਨਾਨਕ ਰਾਜ ਚਲਾਇਆ ਕੋਟ ਸਤਾਣੀ ਨੀਂਦ ਦੇ। ਇੱਕ ਤਾਂ ਇਹ ਗੱਲ ਯਾਦ ਰੱਖੋ ਕਿ ਉਹਨੇ ਰਾਜ ਚਲਾਇਆ, ਰਾਜ ਯੋਗ ਮਾਨਿਆ। ਦੂਸਰੀ ਗੱਲ, ਭਾਈ ਗੁਰਦਾਸ ਕਹਿੰਦੇ ਹਨ ਕਿ ਮਿੱਟੀ ਧੁੰਦ ਜਗ ਚਾਨਣ ਹੋਇਆ, ਰਾਈਟ, ਅਸੀਂ ਪੜ੍ਹਦੇ ਹਾਂ ਨਾ ਗੁਰੂ ਨਾਨਕ ਪ੍ਰਗਟਿਆ। ਇਹ ਦੋ ਸਟੇਟਮੈਂਟਸ ਨੂੰ ਅਗਰ ਤੁਸੀਂ ਲਵੋ ਤੇ ਇੱਕ ਗੱਲ ਬੜੀ ਸਪਸ਼ਟ ਹੁੰਦੀ ਹੈ ਕਿ ਗੁਰੂ ਨਾਨਕ ਹੈਜ਼ ਕ੍ਰੀਏਟਿਡ ਅ ਨਿਊ ਸਿਸਟਮ ਆਫ ਥੋਟ, ਨਿਊ ਸਿਸਟਮ ਆਫ ਨੌਲੇਜ, ਜਿਹੜਾ ਕਿ ਇੱਕ ਸੂਰਜ ਦੀ ਤਰ੍ਹਾਂ ਹੈਗਾ ਇਨ ਕੰਪੈਰੀਜ਼ਨ ਟੂ ਦੀ ਸਿਸਟਮਸ ਆਫ ਦੀ ਓਲਡ। ਇਟ ਹੈਜ਼ ਮੂਵਡ ਇਟ ਅ ਸਟੈਪ ਫੋਰਵਰਡ। ਉਹਦਾ ਮੈਂ ਜ਼ਿਕਰ ਕਰ ਚੁੱਕਾ ਵਾਂ ਜੀ, ਦ ਥਿੰਗ ਦੈਟ ਰੀਅਲੀ ਡਿਸਟਿੰਗੁਇਸ਼ਸ ਗੁਰੂ ਨਾਨਕ ਫਰੋਮ ਆਲ ਸਿਸਟਮਸ ਪਾਸਟ ਵਿਦ ਇਨ ਦੀ ਇੰਡੀਅਨ ਕੰਟੈਕਸਟ। ਪਿਆਰ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਨਾ, ਸਿਰ ਰੱਖ ਤਲੀ, ਸੈਕਰੀਫਾਈਸ, ਇੰਡੀਅਨ ਟ੍ਰੈਡੀਸ਼ਨ ਦੇ ਵਿੱਚ ਤੁਹਾਨੂੰ ਕਹਾਣੀਆਂ ਮਿਲ ਜਾਣਗੀਆਂ ਕਿ ਲੋਕਾਂ ਨੇ ਬੜਾ ਤਿਆਗ ਕੀਤਾ ਹੈ। ਐਂਡ ਫਾਈਨਲੀ ਇਨਫ, ਗੁਰੂ ਤੇਗ ਬਹਾਦਰ ਦਾ ਨਾਮ ਹੀ ਤਿਆਗਮਲ ਸੀ, ਲੇਕਿਨ ਬਲੀਦਾਨ ਨਹੀਂ ਕਿਸੇ ਨੇ ਦਿੱਤਾ, ਔਰ ਉਹ ਵੀ ਫੋਰ ਅਦਰਸ, ਯੂ ਡੋਂਟ ਹੈਵ ਦੈਟ ਐਟ ਆਲ। ਸੋ ਇਹ ਜਿਹੜਾ ਕ੍ਰੀਏਟਿਵ ਐਕਟ ਹੈ ਵਿਚ ਇਨਵੋਲਵ ਸੈਕਰੀਫਾਈਸ, ਇਹ ਗੁਰੂ ਨਾਨਕ ਹੈ। ਇਹ ਨਹੀਂ ਹੈਗੀ ਹੈ ਉਹਨਾਂ ਦੇ ਨਵੇਂ ਰਾਜ ਦੀ, ਰਾਈਟ। ਫਿਰ ਉਹੀ ਉਹ ਪੱਟ ਸਵਈਆਂ ਅੱਗੇ ਜਾ ਕੇ ਕਹਿੰਦਾ ਜਿਹੜੀ ਨੀਂਹ ਰੱਖੀ ਹੈ ਇਹਦਾ ਮਤਲਬ ਕੀ ਹੈ? ਉਹ ਕਹਿੰਦੇ ਨੇ ਗੰਗਾ ਜਿਹੜੀ ਹੈ, ਜਿਹੜੀ ਇੰਡੀਅਨ ਟ੍ਰੈਡੀਸ਼ਨ ਹੈ ਜੀ, ਉਹਨੂੰ ਉਲਟ ਕਰ ਦਿੱਤਾ, ਪੁੱਠਿਆਂ ਕਰ ਦਿੱਤਾ ਗੁਰੂ ਨਾਨਕ ਨੇ। ਹੀ ਇਜ਼ ਮੇਡ ਦ ਰਿਵਰਸ ਫਲੋ ਅਪਸਟ੍ਰੀਮ। ਉਹਦਾ ਕਹਿਣ ਦਾ ਮਤਲਬ ਹੈ ਕਿ ਇਹ ਬਹੁਤ ਅੱਡ ਹੈਗਾ ਫਰੋਮ ਐਵਰੀਥਿੰਗ ਐਲਸ, ਐਂਡ ਵੀ ਨੀਡ ਟੂ ਅੰਡਰਸਟੈਂਡ ਉਹ ਚੀਜ਼ ਕੀ ਹੈ। ਸੋ ਮਾਈ ਸੁਜੈਸਟਨ ਇਜ਼ ਕਿ ਹੀ ਇਜ਼ ਨਾਟ ਜਸਟ ਅ ਰਿਟਾਇਰਿੰਗ ਮਿਸਟਿਕ, ਹੀ ਇਜ਼ ਅ ਰੈਵੋਲੂਸ਼ਨਰੀ ਫਾਇਰ ਬ੍ਰੈਂਡ ਐਸੈਂਸ਼ਲੀ, ਸਮਵਨ ਹੂ ਇਜ਼ ਨਾਟ ਅਫਰੇਡ ਟੂ ਸਪੀਕ ਟਰੂਥ ਟੂ ਪਾਵਰ। ਦੇਖੋ ਨਾ ਬਾਬਰ ਨੂੰ ਉਹਨਾਂ ਨੇ, ਸੋ ਹੀ ਇਜ਼ ਨਾਟ ਅਫਰੇਡ। ਸੋ ਐਜ਼ ਯੂ ਸੈਡ ਕਿ ਉਹਨਾਂ ਨੇ ਅੱਗੇ ਆ ਕੇ ਗੁਰੂ ਅਰਜਨ ਦੇ ਆਉਣ ਤੱਕ ਕੀ ਹੋ ਚੁੱਕਾ ਹੈ? ਜਦੋਂ ਉਹਨਾਂ ਨੇ ਗੁਰੂ ਅੰਗਦ ਨੂੰ ਗੁਰਿਆਈ ਬਖਸ਼ੀ, ਰਾਮਕਲੀ ਦੀ ਵਾਰ ਚ ਉਹਨਾਂ ਦਾ ਜ਼ਿਕਰ ਆਉਂਦਾ ਹੈ ਬਾਣੀ ਵਿੱਚ ਅਗੇਨ, ਉੱਥੋਂ ਪੜ੍ਹ ਕੇ ਕੋਈ ਵੀ ਥੋੜ੍ਹੀ ਜਿਹੀ ਸੂਝ ਰੱਖਣ ਵਾਲਾ ਬੰਦਾ ਕੈਨ ਸੀ ਦ ਪੋਲੀਟੀਕਲ ਸਿੰਬਲਿਜ਼ਮ, ਕੈਨੋਪੀ ਲੱਗੀ ਹੈ, ਰਾਈਟ,
तिलक लगाया जा रहा है, ऑल द सेरेमोनियल थिंग्स दैट राजियां नूं जिस तरह जिहड़े तिल राज ते तिलक लाया जांदा है. दिस मैसेज वाज नॉट लॉस्ट ऑन द मुगल्स बाय द वे, दे अंडरस्टूड व्हाट वाज गोइंग ऑन. फिर तीसरे गुरु ने की देखो एक एग्जांपल देना, बाई मंजियां. बाई मंजियां त्रेई क्यों नहीं? बिकॉज बाई सूबेदारियां सन मुगलां दियां. जी you see the parallelism here. फिर गुरु अर्जुन, he was called सच्चा पातशाह. Right? जहांगीर, I mean, if I'm जहांगीर, I would be thinking कि भाई ये सच्चा पातशाह. So the question is, ये भी एक सवाल पूछने वाला है, were the gurus trying to create a state within a state? Because ये दोष लाया गया सी गुरु अर्जुन ते, treason दा, that he's trying to create a state. We have to ask ourselves, is that what the gurus were trying to do at the time? One thing is certain, they were definitely questioning the political structure, the elite structure. Kyunki ek passe politics hai, dusre passe eh jehde brahmanwad, you know, the religious elite, they always go hand in hand. Inna da hamesha gath jod hunda hai. There is always an elite. Unna de naal vi si. So eh gal pakki hai ki they are questioning that. Eh gal assi kiti apan pehlo vi, individual sovereignty di gal ho rahi hai. जी. उस तो बाद गुरु तेग बहादुर ने उसे प्रिंसिपल ते शहादत दित्ती. इवन दो ही टुक अप द कश्मीरी पंडित्स, आई वुड सजेस्ट टू यू कि ऑलरेडी औरंगजेब उन्होंने मतलब है कि फड़न नु फिरदा सी, वो आया नहीं आनंदपुर बिकॉज इना कोल, यू नो, द गुरुज हैड स्टैंडिंग मिलिशियस. जी. ही हैड टू एक्चुअली कम आउट ऑफ देयर टू अ प्लेस वेयर दे कुड नैब हिम. यू सी, सो देयर इज there is a political confrontation going on as well, I would think. Jide bare assi bahut hi gal karde ni, maybe it's not convenient, I don't know. But we have to think ki ohna da message je navi society banan da si, te fir assi ajj kithe khade hage as a community. What is our role is the real question. Je eh sara kuch assi karna hai. So ज्ञान तो शुरू हो के गुरु नानक दे तुसी आ गए हैगे हो गुरु गोबिंद सिंह ते, जिथे संत सिपाही बन गया. ज्ञान दा, भक्ति दा ते शक्ति दा मिश्रण हो गया एक बंदे दे विच. बिकॉज गुरु गोबिंद सिंह रियलाइज्ड कि धर्म जो है, मतलब इट इज अ वेरी ब्रॉड टर्म, धर्म जो है ये अ वे ऑफ लिविंग, किसी का भी होवे, साडा धर्म होवे, हिंदुओं का होवे, किसी का भी धर्म होवे, कि इनू बचान लई या इहदी रक्षा करन वास्ते यू हैव टू हैव फिजिकल स्ट्रेंथ, मिलिट्री स्ट्रेंथ, अदरवाइज यू कांट. शास्त्र नहीं बच सकता शस्त्र तो बगैर. सो आई सी दिस एज अ कल्मिनेशन. रविंदर जी, साढ़े को बहुता टाइम नहीं बचा है, तुसी अज सानू ये सारिया ज्ञान वाली गल्लां दसियां. क्विकली इन लास्ट 30 seconds, अगर तुसी गुरु तेग बहादुर जी दी लाइफ नू तुसी समराइज करना होए, तुसी किवें करोगे? ए बड़ी मज़ेदार गल पुछी तुसी मैनू, बिकॉज आई वॉज थिंकिंग अबाउट हिम एंड इट स्ट्रक मी कि जिहड़े स्कूल मैं पढ़े हैं ना दिल्ली, जी, मोटो हैगा सर्विस बिफोर सेल्फ. जी. ते मेरे मन च ख्याल आया ये किन्ना टुकदा है गुरु तेग बहादुर ते, सर्विस बिफोर सेल्फ. जी. सो आई वुड से कि ए उना दी, इफ आई हैड टू पुट अ मोटो अराउंड हिम, एंड आई थिंक वो कह रहे ने सानू कि रिमेन फियरलेस एंड स्टेडफास्ट नो मैटर व्हाट्स हैपनिंग अराउंड यू. स्टेडफास्ट रहना है, फियरलेस रहना है, किसी नु डराना नहीं है, और इक्वानिमिटी नाल रहना है. जी. दैट इज हाउ आई वुड लुक एट हिम. रविंदर जी, साढ़े नाल आज गल करन दा तुहाडा बहुत बहुत शुक्रिया. असी तुहानू फिर लैके आंगे किसी होर इशू ते, किसी होर टॉपिक ते, तुहाडे तो ज्ञान असी लवांगे. अज साडे नाल गल करन दा बहुत बहुत शुक्रिया. साडा अज दा शो, जिवें कि असी शुरू च कहा कि गुरु तेग बहादुर जी जिहड़ी लाइफ है वो उन दो इंसीडेंट्स तो जिन्हां तो असी मोस्टली जानू हैगे आ, जिहड़ा असी हर जगह सुनते हैं, उस तो बहुत ज़्यादा ब्रॉड, बहुत ज़्यादा अगे एक वॉरियर, एक स्टेट्समैन, एक पोएट और जीवन जाच सिखाने की जो बाणी उन्हां दी जिहड़ी दसवें पातशाह ने गुरु ग्रंथ साहिब विच ऐड की है, सानू उसनू पढ़न दी लोड़ है,
ਜਾਣਨ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਇਹ ਸੀ ਸਾਡਾ ਅੱਜ ਦਾ ਐਪੀਸੋਡ। ਤੁਸੀਂ ਵੇਖਦੇ ਰਹੋ ਦ ਵੇ ਫੋਰਵਰਡ।